ਖਬਰ ਤੇ ਨਜ਼ਰ ਹਾ ਹਾ ਸਤਿ ਸ੍ਰੀ ਅਕਾਲ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਹਰਜਿੰਦਰ ਵਾਲੀਆ ਸ਼ੋਅ ਵਿੱਚ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਅੱਜ ਕੱਲ ਸੋਸ਼ਲ ਮੀਡੀਆ ਤੇ ਇੱਕ ਚਿੱਠੀ ਘੁੰਮ ਰਹੀ ਹੈ 16 ਪੇਜ ਦੀ ਜਿਹਦੇ ਵਿੱਚ ਮਾਲ ਅਫਸਰ ਇਹ ਕਹਿੰਦੇ ਨੇ ਕਿ ਮਾਨ ਸਾਹਿਬ ਸਾਨੂੰ ਵਕਤ ਦਿਓ ਅਸੀਂ ਤੁਹਾਨੂੰ ਦੱਸਣਾ ਤੋਡੇ ਐਮਐਲਏ ਜਿਹੜੇ ਨੇ ਨਾ ਉਹ ਸਾਨੂੰ ਬਲੈਕਮੇਲ ਕਰਦੇ ਨੇ ਸਾਨੂੰ ਧਮਕਾਉਂਦੇ ਨੇ ਸਾਥੋਂ ਗਲਤ ਕੰਮ ਕਰਾਉਂਦੇ ਨੇ ਔਰ ਇਹ ਗੱਲ ਆਪਾਂ ਡਿਟੇਲ ਚ ਕਰਦੇ ਆਂ ਹੋਰ ਖਬਰਾਂ ਨੇ ਜਿਨ੍ਹਾਂ ਦੇ ਵਿੱਚ ਆਪਾਂ ਪੰਜਾਬ ਕੌਪਨਿਟ ਦੇ ਫੈਸਲੇ ਦੀ ਵੀ ਗੱਲ ਕਰਦੇ ਆਂ ਬੜੀਆ ਫੈਸਲਾ ਇੱਕ ਕੀਤਾ ਪੰਜਾਬ ਕੈਪਟਨ ਨੇ ਹੋਰ ਵੀ ਕਈ ਫੈਸਲੇ ਨੇ ਲੇਕਿਨ ਮੈਨੂੰ ਲੱਗਦਾ ਜੇ ਇਹ ਇੰਪਲੀਮੈਂਟ ਹੋ ਜੇ ਲਾਭਪਾਤਰਾਂ ਦੇ ਜਿਹੜਾ ਹੈ ਘਰੇ ਰਾਸ਼ਨ ਪਹੁੰਚਾਉਣ ਦਾ ਇਹ ਬਹੁਤ ਵਧੀਆ ਫੈਸਲਾ ਹੋਏਗਾ ਖੇਡ ਨੀਤੀ ਦੀ ਵੀ ਗੱਲ ਕਰਾਂਗੇ ਤੇ ਨਾਲ ਆਪਾਂ ਗੱਲ ਇੱਕ ਨੈਸ਼ਨਲ ਵੀ ਕਰਨੀ ਹੈ ਤਰਨਚੁਗ ਪੰਜਾਬ ਦੇ ਨੇ ਉਹਨਾਂ ਨੂੰ ਜਰਨਲਿਸਟ ਕਤਰ ਜਿਹੜਾ ਹੈ ਬਣਾ ਦਿੱਤਾ ਗਿਆ ਹੈ ਭਾਰਤੀ ਜਨਤਾ ਪਾਰਟੀ ਦਾ ਨਾਲ ਇੱਕ ਹੋਰ ਵੀ ਗੱਲ ਹੈ ਮਾਨ ਸਾਹਿਬ ਬੜੇ ਜੋਰ ਸ਼ੋਰ ਢੰਗ ਨਾਲ ਕੱਲ ਕਹਿ ਰਹੇ ਸੀ ਕਿ ਜੀ ਅਸੀਂ ਅਧਿਆਪਕਾਂ ਨੂੰ ਪੱਕੇ ਕਰਤਾ ਤੇ ਹੁਣ ਰੋਲਾ ਇਹ ਪੈ ਰਿਹਾ ਕਿ ਕੱਚੇ ਅਧਿਆਪਕਾਂ ਨੂੰ ਪੱਕੇ ਤੌਰ ਤੇ ਕੱਚੇ ਕਰ ਦਿੱਤਾ ਗਿਆ ਹੈ ਕਿਸੇ ਕਿਸਮ ਦੇ ਕੋਈ ਸਰਵਿਸ ਰੂਲ ਲਾਗੂ ਨਹੀਂ ਕੀਤੇ ਗਏ ਹੋਰ ਬਹੁਤ ਸਾਰੀਆਂ ਖਬਰਾਂ ਨੇ ਉਹਨਾਂ ਤੇ ਗੱਲ ਕਰਾਂਗੇ ਮਨਪ੍ਰੀਤ ਸਿੰਘ ਬਾਦਲ ਸਾਹਿਬ ਬਹੁਤ ਇਮਾਨਦਾਰ ਜਿਹੜੇ ਕਹਿੰਦੇ ਸੀ ਹੁਣ ਲੱਗਦਾ ਹੈ ਕਿ ਜਿਸ ਤਰੀਕੇ ਨਾਲ ਮੀਡੀਆ ਦੇ ਵਿੱਚ ਗੱਲਾਂ ਬਾਹਰ ਆਈਆਂ ਨੇ ਪਲਾਟ ਦੇ ਵਿੱਚ ਹਿਰੇ ਫੇਰੀ ਤਾਂ ਕੀਤੀ ਲੱਗਦੀ ਹੈ ਇਹ ਸਾਰੀਆਂ ਗੱਲਾਂ ਪੱਕ ਕਰਾਂਗੇ ਲੇਕਿਨ ਪਹਿਲਾਂ ਵੱਡੀ ਖਬਰ ਲੈ ਲਈਏ ਕਿਹੜੀ ਕਿ ਜਿਹਦੇ ਚ ਮਾਨ ਸਾਹਿਬ ਨੂੰ ਇੱਕ ਚਿੱਠੀ ਲਿਖੀ ਹੈ ਰੇਵਿਊ ਅਫਸਰਾਂ ਨੇ ਮਾਲ ਅਫਸਰਾਂ ਨੇ ਜਿਹੜੇ ਜਿੰਨਾਂ ਚ ਨਾਇਬ ਤਹਿਸੀਲਦਾਰ ਤੇ ਤਹਿਸੀਲਦਾਰ ਆਉਂਦੇ ਨੇ ਕੀ ਕਿਹਾ ਲੁਧਿਆਣੇ ਉਹਨਾਂ ਨੇ ਇੱਕ اجلاس ਕੀਤਾ ਸੀ ਉਹਦੇ ਚ ਇੱਕ ਮਤਾ ਪਾਸ ਕੀਤਾ ਔਰ ਉਹ ਸਰ 16 ਪੇਜ ਦੀ ਚਿੱਠੀ ਹੈ ਜਿਹਦੇ ਚ ਜਿਹੜਾ ਅਹਿਮ ਨੁਕਤਾ ਮੈਂ ਤੁਹਾਡੇ ਨਾਲ ਗੱਲ ਸ਼ੁਰੂ ਚ ਕੀਤੀ ਸੀ ਕਿ ਉਹ ਕਹਿੰਦੇ ਨੇ ਕਿ ਤੁਹਾਡੇ ਬਹੁਤ ਸਾਰੇ ਐਮ.ਐਲ.ਏ ਜਿਹੜੇ ਨੇ ਉਹ ਸਾਨੂੰ ਧਮਕਾਉਂਦੇ ਨੇ ਸਾਨੂੰ ਬਲੈਕਮੇਲ ਕਰਦੇ ਨੇ ਸਾਡਾ ਰਿਕਾਰਡ ਘਰੇ ਲੈ ਜਾਂਦੇ ਨੇ ਤੇ ਸਾਡੇ ਆਗੇ ਜਦੋਂ ਛਾਪੇ ਮਾਰਦੇ ਨੇ ਸਾਨੂੰ ਜਲੀਲ ਕਰਦੇ ਨੇ ਸਾਡੇ ਕੁਰਸੀਆਂ ਤੇ ਬੈਠਦੇ ਨੇ ਸਾਥੋਂ ਨਜਾਇਜ਼ ਕੰਮ ਕਰਾਉਂਦੇ ਨੇ ਬੜਾ ਕੁਝ ਬੜੇ ਇਲਜ਼ਾਮ ਲਾਉਦੇ ਨੇ ਜਿਹੜੇ ਹੈ ਇੰਨਾ ਮਾਲ ਅਫਸਰਾਂ ਨੇ ਔਰ ਇਹ ਗੱਲ ਵੀ ਸਪਸ਼ਟ ਹੈ ਉਹ ਕਹਿੰਦੇ ਸਾਨੂੰ ਸਭ ਪਤਾ ਹੈ ਕੌਣ ਕੀ ਕਰਦਾ ਸਾਡੇ ਕੋਲ ਸਭ ਦਾ ਰਿਕਾਰਡ ਹੈ ਜਿਹੜੇ ਬਿਜ਼ਨਸ ਵਾਲੇ ਨੇ ਨਾ ਜਿਨ੍ਹਾਂ ਨੇ ਸਾਡੇ 48 ਬੰਦਿਆਂ ਨੂੰ ਦਾਗੀ ਕੀਤਾ ਸਾਨੂੰ ਉਹਨਾਂ ਦਾ ਵੀ ਪਤਾ ਉਹ ਕੀ ਨੇ ਤੋਂ ਇਹ ਸਾਰਾ ਜਿਹੜਾ ਜਿਹੜੀ ਚਿੱਠੀ ਹੈ ਉਹਦੇ ਵਿੱਚ ਮਾਨ ਸਾਹਿਬ ਤੋਂ ਉਹਨਾਂ ਨੇ ਵਕਤ ਵੀ ਮੰਗਿਆ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਤੁਹਾਡੇ ਨਾਲ ਅਸੀਂ ਸਪਸ਼ਟ ਕਰਦੇ ਹਾਂ ਕਿ ਸਾਡੀਆਂ ਮੰਗਾਂ ਜੇ ਤੁਸੀਂ ਨਹੀਂ ਮੰਨਦੇ ਤਾਂ ਮੁਸ਼ਕਲ ਖੜੀ ਹੋ ਜੂ ਤੁਹਾਨੂੰ ਇਸ ਕਿਸਮ ਦੀ ਗੱਲ ਕੀਤੀ ਹੈ ਪਿਆਰੇ ਦਰਸ਼ਕੋ ਤੁਹਾਨੂੰ ਇਹ ਪਤਾ ਹੀ ਹੈ ਕਿ ਜਦੋਂ ਦੀ ਇਹ ਸਰਕਾਰ ਬਣੀ ਹੈ ਤਿੰਨ ਵਾਰ ਮਾਲ ਅਫਸਰ ਜਿਹੜੇ ਨੇ ਉਹਨਾਂ ਦੀ ਐਸੋਸੀਏਸ਼ਨ ਕਲਮ ਛੋੜ ਹੜਤਾਲ ਕਰ ਚੁੱਕੀ ਹੈ ਪੈਨ ਡਾਉਨ ਸਟ੍ਰਾਈਕ ਕਰ ਚੁੱਕੀ ਹੈ ਕੋਈ ਨਾ ਕੋਈ ਇਸ਼ੂ ਲਾ ਕੇ ਸਰਕਾਰ ਨੂੰ ਜਿਹੜਾ ਹੈ ਫਿਰ ਬੈਕ ਜਿਹੜਾ ਪਿੱਛੇ ਜਾਣਾ ਪੈਂਦਾ ਉਹਨਾਂ ਨੂੰ ਕਿਉਂ ਜਾਣਾ ਪੈਂਦਾ ਉਹ ਤਾਂ ਬੜਾ ਸਪੱਸ਼ਟ ਹੈ ਕਿ ਕੰਮ ਬੰਦ ਹੋ ਜਾਂਦਾ ਹੈ ਰਜਿਸਟਰੀਆਂ ਬੰਦ ਲੋਕਾਂ ਦੇ ਕੰਮ ਜਦੋਂ ਹੋਣਗੇ ਤੇ ਰੌਲਾ ਪੈ ਜਾਂਦਾ ਤੇ ਵੈਸੇ ਵੀ ਵਰਕਲੋਡ ਬਹੁਤ ਹੈ ਮਾਲ ਅਫਸਰਾਂ ਤੇ ਤੇ ਖਾਸ ਤੌਰ ਤੇ ਹੁਣ ਪਿੱਛੇ ਜੇ ਦੇਖਿਆ ਹੈ ਕਿ ਜਿਹੜੇ ਕਹਿੰਦੇ ਸੀ ਕਿਸੇ ਨੂੰ ਨਹੀਂ ਬਖਸ਼ਾਂਗੇ ਇਹ ਪੱਕਾ ਡਾਇਲਗ ਹੈ ਮਾਨ ਸਾਹਿਬ ਦਾ ਵੀ ਤਾਂ ਉਹਨਾਂ ਦੀ ਸਰਕਾਰ ਦਾ ਕੋਈ ਵੀ ਹੋਵੇ ਜਿਹੜਾ ਵੀ ਕਰਪਟ ਹੋਏਗਾ ਉਹਨੂੰਸੀਂ ਨਹੀਂ ਬਖਸ਼ਾਂਗੇ ਬਿਲਕੁਲ ਹੋ ਸਕਦਾ ਹੈ ਡਾਇਲੌਗ ਬੜਾ ਸੋਹਣਾ ਲੱਗਦਾ ਹੈ ਪਰ ਚਾਹੇ ਤਾਂ ਕੋਈ ਆਈਐਸ ਦੀ ਆਈਐਸ ਬੀਵੀ ਹੋਵੇ ਉੜ ਕੇ ਸੁਣਿਆ ਕਿਸੇ ਨੇ ਸੁੰਦਰ ਸ਼ਾਮ ਦੇ ਵੇਲੇ ਜਿਹੜੀ ਬੀਬੀ ਦਾ ਨੌਂ ਆਇਆ ਸੀ ਕੀ ਐਕਸ਼ਨ ਲਿਆ ਕਿਉਂਕਿ ਸਾਰੇ ਇਕੱਠੇ ਹੋ ਗਏ ਸੀ ਆਈਐਸ ਕੋਈ ਜੀ ਬੋਲਦਾ ਇਸੇ ਤਰੀਕੇ ਨਾਲ 48 ਨਾਇਬ ਤਸੀਹਦਾਰ ਤੇ ਤਸੀਹਦਾਰ ਜਦੋਂ ਉਹਨਾਂ ਨੇ ਥੋੜਾ ਜਿਹਾ ਦਬਕਾ ਮਾਰਿਆ ਕਿ ਕਿੱਥੇ ਜ਼ੀਰੋ ਟੋਲਰੈਂਸ ਦੀ ਪ੍ਰਤਾਪ ਸਿੰਘ ਬਾਜਵਾ ਇਸ ਗੱਲੋਂ ਤਾਂ ਕਹਿ ਰਿਹਾ ਕਿ ਹੈ ਜੇ ਤੁਹਾਡੇ ਚ ਹਿੰਮਤ ਕਰੋ ਲੋ ਐਕਸ਼ਨ ਨਹੀਂ ਲੈ ਸਕਦੇ ਉਲਟ ਉਹਨਾਂ ਨੇ ਐਕਸ਼ਨ ਲੈਣਾ ਸ਼ੁਰੂ ਕਰਤਾ ਉਹਨਾਂ ਨੇ ਆਪਣੀਆਂ টারਮਸ ਡਿਕਟੇਟ ਕਰਾਉਣੀਆਂ ਸ਼ੁਰੂ ਕਰਤੀਆਂ ਮਾਲ ਅਫਸਰ ਕਹਿੰਦੇ ਕਿ ਤੁਸੀਂ ਜਿਸ ਤਰੀਕੇ ਨਾਲ ਇਹ 48 ਬੰਦਿਆਂ ਨੂੰ ਦਾਗੀ ਕੀਤਾ ਇਹਦੇ ਜਿਹੜੇ ਲੀਕ ਕਰਨ ਵਾਲੇ ਨੇ ਉਹਦਾ ਕਿਉਂ ਨਹੀਂ ਐਕਸ਼ਨ ਲਿਆ ਜੀ ਤੁਸੀਂ ਪ੍ਰਮੋਸ਼ਨ ਰੁਕੀ ਹੋਈ ਹੈ ਤਾਂ ਅਸੀਂ ਇੰਨਾ ਵਰਕਲੋਡ ਕਰ ਰਹੇ ਹਾਂ ਤੇ ਉਹਨਾਂ ਨੇ ਫੁੱਟਬਾਲ ਸਰੀਂਗ ਗੱਲਾਂ ਵੈਸੇ ਉਹ ਪਹਿਲਾਂ ਵੀ ਦੱਸਦੇ ਸੀ ਕਹਿੰਦੇ ਸਾਨੂੰ ਸਾਡਾ ਮਹਿਕਮਾ ਪਹਿਲੇ ਹੀ ਬੜਾ ਬਦਨਾਮ ਹੈ ਤੇ ਤੁਸੀਂ ਸਾਡੇ ਤੇ ਜਿਹੜਾ ਇਸ ਕਿਸਮ ਦਾ ਸਾਥੋਂ ਕੰਮ ਕਰਾਉਨੇ ਹੋ ਤੇ ਇਹ ਤਾਂ ਫੇਰ ਬਦਨਾਮੀ ਵਾਲਾ ਕੰਮ ਹੈ ਜਣੀ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਕਰਪਟ ਨਹੀਂ ਉਹ ਕਹਿੰਦੇ ਸਾਡੂ ਕਰਪਸ਼ਨ ਲਈ ਮਜਬੂਰ ਕਰ ਦਿੰਸੇ ਇਹ ਗੱਲ ਵੈਸੇ ਮੇਰੇ ਕਈ ਦੋਸਤਾਂ ਨੇ ਪਹਿਲਾਂ ਵੀ ਦੱਸੀ ਸੀ ਕਹਿੰਦੇ ਸਾਨੂੰ ਤੁਸੀਂ ਵੀ ਬੁਨਾਬਤ ਕਰੀ ਜੰਨੇ ਹੋ ਕਿ ਤਸੀਲਦਾਰ ਇਹਨੇ ਪੈਸੇ ਕਮਾਉਂਦੇ ਨੇ ਕਹਿੰਦੇ ਜੇ ਇੱਕ ਮੰਤਰੀ ਆਉਂਦਾ ਉਹ ਤਾਂ ਖਾਣੇ ਦਾ ਪ੍ਰਬੰਧ ਅਸੀ ਕਰਨਾ ਹੁਣ ਅਸੀਂ ਆਪਦੀ ਜੇਬ ਚੋਂ ਥੋੜੀ ਕਰਨਾ ਤੇ ਫਿਰ ਹੱਸਦੇ ਕਹਿੰਦੇ ਨੇ ਪਰ ਠੀਕ ਹੈ ਕਦੀ ਜ਼ੀਰੋ ਨਾਲ ਲੱਗ ਜਾਂਦੀ ਹੈ ਤਾਂ ਕੀ ਕਰੀਏ ਤਾਂ ਇਹ ਜਿਹੜਾ ਸਿਸਟਮ ਹੈ ਇਹ ਸਾਡਾ ਚੱਲ ਰਿਹਾ ਤੇ ਹੁਣ ਆਪਾਂ ਇਉਂ ਕਹਿ ਸਕਦੇ ਆ ਕਿ ਇਸ ਮੌਕੇ ਹਾਲੇ ਮਸਲਾ ਜਿਹੜਾ ਹੈ ਠੰਡੇ ਵਸਤੇ ਚ ਨਹੀਂ ਪਿਆ ਦਿਨੇਸ਼ ਛੱਡਾ ਨੇ ਜਿਸ ਤਰੀਕੇ ਨਾਲ ਰੋਪੜ ਦੇ ਵਿੱਚ ਭਾਵੇਂ ਕਿ ਆਪ ਆਪਣਾ ਪ੍ਰਭਾਵ ਉਹਨਾਂ ਨੇ ਵਰਤ ਕੇ ਡੀਸੀ ਆਫਿਸ ਦੀ ਹੜਤਾਲ ਉੱਥੇ ਤਾਂ ਵਾਪਸ ਕਰਵਾਤੀ ਉਹ ਵੀ ਕਾਦੀ ਕਰਵਾਤੀ ਉਹ ਵੀ ਕਹਿਣਾ ਪਿਆ ਲਿਖਣਾ ਪਿਆ ਕਿ ਵੀ ਮੇਰਾ ਕਿਸੇ ਨੂੰ ਕਿਸੇ ਦੇ ਮਨ ਨੂੰ ਠੇਸ ਪਹੁੰਚਾਉਂਦਾ ਇਰਾਦਾ ਨਹੀਂ ਸੀ ਜਿਸ ਤਰੀਕੇ ਦੀ ਮਾਫੀ ਮੰਗੀ ਹੈ ਉਹਦੀ ਭਾਸ਼ਾ ਵੱਖਰੀ ਹੋ ਸਕਦੀ ਹੈ ਲੇਕਿਨ ਉੱਥੇ ਵੀ ਮਾਲ ਅਫਸਰਾਂ ਨੇ ਇਸ ਜਿਹੜਾ ਐਮਐਲਏ ਨੂੰ ਇੱਕ ਕਿਸਮ ਦਾ ਆਪਣੀ ਗੱਲ ਬਣਵਾਉਣ ਦੇ ਵਿੱਚ ਉਹਨੂੰ ਮਜਬੂਰ ਕੀਤਾ ਹੈ ਸੋ ਇਹ ਸਾਰਾ ਮਸਲਾ ਵੈਸੇ ਵੀ ਕੱਲੇ ਇਹੀ ਦੀ ਕੱਲ ਆਪਾਂ ਦੇਖਿਆ ਲੁਧਿਆਣੇ ਸਭ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ ਨਾ ਕਿ ਕੇਜਰੀਵਾਲ ਟੀਮ ਜਿਹੜੀ ਲੁਧਿਆਣੇ ਤੋਂ ਆਈ ਹੈ ਜਿਹਨੇ ਬਲੌਕ ਪ੍ਰਧਾਨਾਂ ਨਾਲ ਗੱਲ ਕੀਤੀ ਉਹ ਤੋਂ ਉਹਨਾਂ ਨੇ ਕੀ ਕੱਢਿਆ ਨਤੀਜਾ ਕਹਿੰਦੇ 4 ਐਮਐਲਏ ਉਹ ਵੀ ਦਾਗੀ ਹੋ ਰਹੇ ਨੇ ਤੋਂ ਇਹਦਾ ਮਤਲਬ ਕਿ ਸਰਕਾਰ ਦੇ ਵਿੱਚ 92 ਐਮਐਲਏ ਦੇ ਵਿੱਚੋਂ ਬਹੁਤ ਸਾਰੇ ਤਾਂ ਪਹਿਲੇ ਹੀ ਸਾਹਮਣੇ ਆ ਗਏ ਅਮਿਤ ਰਤਨ ਵਰਗੇ ਜਿਨ੍ਹਾਂ ਨੇ ਮਤਲਬ ਜਿਹੜੇ ਇਸ ਤਰ੍ਹਾਂ ਜਿਹੜਾ ਫੜਿਆ ਗਿਆ ਉਹੀ ਚੋਰ ਹੁੰਦਾ ਜਿਹੜਾ ਨਹੀਂ ਫੜਿਆ ਜਾਂਦਾ ਉਹ ਇਮਾਨਦਾਰ ਹੈ ਇੱਥੇ ਤੇ ਲੇਕਿਨ ਉਹ ਤੋਂ ਪਤਾ ਤਾਂ ਲੱਗਦਾ ਵੀ ਕੀ ਕੁਝ ਚੱਲਿਆ ਹੈ ਇਹ ਜਿਹੜੀ ਭ੍ਰਿਸ਼ਟਾਚਾਰ ਮੁਕਤ ਸਰਕਾਰ ਜਿਹੜਾ ਬਦਲਾ ਆਉਣਾ ਸੀ ਤੇ ਉਸ ਬਦਲਾ ਦੇ ਉੱਤੇ ਹੁਣ ਜਿਹੜੀ ਮਾਲ ਅਫਸਰਾਂ ਦੀ ਇਹ ਚਿੱਠੀ ਜਾਂ ਮਾਲ ਅਫਸਰਾਂ ਦਾ ਇਜ਼ਲਾਸ ਉਹਨੇ ਬਹੁਤ ਸਾਰੀਆਂ ਗੱਲਾਂ ਖੜੀਆਂ ਕਰਤੀਆਂ ਲੇਕਿਨ ਮਾਨ ਸਾਹਿਬ ਇਹ ਬੱਕਰੀ ਗੱਲ ਹੈ ਕਿ ਤੁਹਾਡੇ ਹੁਣ ਆਪੋਜੀਸ਼ਨ ਕੋਈ ਹੈ ਨਹੀਂ ਅਕਾਲੀ ਤਾਂ ਆਪ ਵੀ ਉਲਝੇ ਫਿਰਦੇ ਨੇ ਸ਼ਰੋਮੀ ਅਕਾਲੀ ਦਲ ਨੂੰ ਤਾਂ ਬੀਬੀਆਂ ਨੇ ਹੁਣ ਤਾਂ ਗੇਟ 'ਚ ਪਾਇਆ ਹੋਇਆ ਐਨੀਆਂ ਬਾਗੀ ਹੋ ਗਈਆਂ ਉਹਨਾਂ ਕੋਲ ਉਹਨਾਂ ਦਮ ਨਹੀਂ ਦੂਜੇ ਪਾਸੇ ਕਾਂਗਰਸ ਵੀ ਉਲਝੀ ਫਿਰਦੀ ਐ ਤੇ ਤੁਹਾਡੇ ਨਾਲ ਵੈਸੀ ਵੀ ਸਮਝੌਤਾ ਜਾਂ ਹੋ ਗਿਆ ਚਾਹੇ ਇੱਧਰ ਹੋਇਆ ਜਾਂ ਨਹੀਂ ਹੋਇਆ ਤੋਂ ਇਸ ਕਰਕੇ ਤੁਹਾਨੂੰ ਆਪੋਜੀਸ਼ਨ ਦਾ ਕੋਈ ਖਤਰਾ ਸ਼ਾਇਦ ਉਹਨਾਂ ਨਾ ਹੋਵੇ ਆਮ ਲੋਕਾਂ 'ਚ ਤਾਂ ਜਾਣਾ ਤੁਸੀਂ ਆਮ ਲੋਕਾਂ ਦੀ ਪਹਿਲਾਂ ਵੀ ਆਮ ਲੋਕਾਂ ਨੇ ਕੀਤਾ ਸੀ ਜੋ ਕੁਝ ਕੀਤਾ ਸੀ ਤੇ ਜਿਹੜੇ ਲੋਕ ਨੇ ਨਾ ਉਹਨਾਂ ਦੀ ਆਵਾਜ਼ ਤੁਹਾਨੂੰ ਤੋਂ ਵੱਧ ਕੌਣ ਜਾਣਦੇ ਸੁਣਨੇ ਤੇ ਤੁਹਾਨੂੰ ਉਹਨਾਂ ਨੇ ਚਿੱਠੀ ਲਿਖੀ ਐ ਤੁਸੀਂ ਉਹਨਾਂ ਦੀ ਗੱਲ ਸੁਣੋ ਤੇ ਤੁਸੀਂ ਆਪਣੇ ਐਮ.ਐਲ.ਏ ਜੀ ਨੂੰ ਸਮਝਾਓ ਆਪਣੇ ਵਧਾਕਿਆਂ ਨੂੰ ਕਹੋ ਈਉਂ ਨਾ ਕਰਨ ਕਿਉਂ ਕਦੇ ਕਿਸੇ ਜਿਹੜਾ ਹੈ ਉਹ ਜਿਹੜੇ ਆਈਲੈਸਟ ਸੈਂਟਰਾਂ ਤੋਂ ਪੈਸੇ ਲਈ ਜਾਂ ਉਹ ਇਲਜ਼ਾਮ ਲਾਉਂਦੇ ਨੇ ਸਾਥੋਂ ਕੋਈ ਜਿਹੜਾ ਹੈ ਐਮ.ਐਲ.ਏ ਕਿਸ ਜਿਹਦਾ ਅੱਜ ਤਸਦੀਕ ਕੀਤਾ ਜਾਂਦਾ ਜੀ ਇਹ ਮੈਥੋਂ ਇੰਨੇ ਪੈਸੇ ਮੰਗ ਰਿਹਾ ਸੀ ਐਸੀਆਂ ਗੱਲਾਂ ਬੰਦ ਹੋਣੀਆਂ ਚਾਹੀਦੀਆਂ ਨੇ ਤੁਹਾਡੀ ਬਦਨਾਮੀ ਦਾ ਕਾਰਨ ਬਣ ਰਹੇ ਨੇ ਤੇ ਇਹ ਚਿੱਠੀ ਨੇ ਸੋਸ਼ਲ ਮੀਡੀਆ ਦੇ ਵਿੱਚ ਇਹ ਉਹੀ ਸੋਸ਼ਲ ਮੀਡੀਆ ਹੈ ਜਿਹਨੇ ਤੁਹਾਨੂੰ ਵੀ ਜਿਤਾਇਆ ਹੈ ਅੱਜ ਕੱਲ ਮੀਡੀਆ ਦੀ ਬਹੁਤ ਪਾਵਰ ਹੈ ਇੱਥੇ ਕੋਈ ਦੋਰਾਵਾ ਨਹੀਂ ਇਹ ਵੀ ਕੋਈ ਦੋਰਾਵਾ ਨਹੀਂ ਹਰ ਰੋਜ਼ ਦੱਸਦੇ ਆ ਭਾਈ ਫੇਕ ਨਿਊਜ਼ ਤੋਂ ਬਚ ਕੇ ਲੇਕਿਨ ਜਿਹੜੀ ਲੋਕਾਂ ਦੀ ਆਵਾਜ਼ ਹੈ ਉਹ ਸੁਣਨੀ ਚਾਹੀਦੀ ਹੈ ਆਪਾਂ ਅੱਗੇ ਵਧੀਏ ਲੋਕਾਂ ਦੀ ਇਹ ਵੀ ਆਵਾਜ਼ ਹੈ ਤੁਸੀਂ ਭਾਸ਼ਣ ਕਰ ਬਹੁਤ ਵਧੀਆ ਦਿੱਤਾ ਜਦੋਂ 12 ਹਜ਼ਾਰ ਤੋਂ ਵੱਧ ਅਧਿਆਪਕਾਂ ਨੂੰ ਪੱਕੇ ਕਰਨ ਦਾ ਤੁਸੀਂ ਐਲਾਨ ਕੀਤਾ ਬਹੁਤ ਚੰਗਾ ਭਾਸ਼ਣ ਸੀ ਤੁਸੀਂ ਅਕਸਰ ਕਹਿੰਦੇ ਹੋ ਮੈਂ ਵੀ ਮਾਸਟਰ ਦਾ ਮੁੰਡਾ ਹਾਂ ਤੁਸੀਂ ਆਪ ਹੀ ਕਹਿੰਦੇ ਹੋ ਮਨਰੇਗਾ ਵਾਲਾ ਹਾਲ ਇਹਨਾਂ ਦਾ ਸੀ ਉਹ ਭਾਈ ਸਾਰਾ ਕੁਝ ਠੀਕ ਸੀ ਲੇਕਿਨ ਤੁਸੀਂ ਕੀ ਸਮਝਦੇ ਹੋ ਕਿ ਉਹਨਾਂ ਦੀਆਂ ਤਨਖਾਹ ਵਧਾ ਕੇ ਉਹਨਾਂ ਨੂੰ ਪੱਕੇ ਮੰਨ ਲੈਣਗੇ ਤੇ ਹੁਣ ਗੱਲ ਇਹ ਚੱਲ ਰਹੀ ਹੈ ਕਿ ਜੀ ਕੱਚੇ ਦੇ ਆਪਕਾਂ ਨੂੰ ਪੱਕੇ ਤੌਰ ਤੇ ਕੱਚਾ ਕਰਤਾ ਮਤਲਬ ਕਿ ਕੋਈ ਸਰਵਸਰੂੜਲੀ ਕੋਈ ਗ੍ਰੇਡ ਪੇ ਨਹੀਂ ਕਿਸੇ ਕਿਸਮ ਦਾ ਕੋਈ ਨਿਯਮ ਨਹੀਂ ਲਾਗੂ ਹੁੰਦਾ ਬਸ ਉਹਨਾਂ ਨੂੰ ਕਹਤਾ ਕਿ ਤੁਹਾਡੀ ਇਹ ਨੀਤਨਖਾ ਆਏ ਸਾਲ 5 ਮਹੀਨੇ ਤੁਹਾਨੂੰ 5% ਤੁਹਾਡੀ ਤਨਖਾਹ ਵਧੂਗੀ ਤੇ ਲੇਕਿਨ ਕਿੱਥੇ ਐ ਕਿਹੜੇ ਸਰਵਿਸ ਨਿਯਮ ਨੇ ਦੇਖੋ ਨਾ ਇਹ ਤਾਂ ਹੁਣ ਅਸੀਂ ਸਾਰੇ ਉੱਪਰ ਨੌਕਰੀ ਕੀਤੀ ਹੈ ਵੈਸੇ ਮੈਂ ਤਾਂ ਬੜਾ ਹੈਰਾਨ ਹੁਣਾਂ ਕਿ ਅਸੀਂ ਇਹ ਜਿਹੇ ਵਧੀਆ ਨੌਕਰੀਆਂ ਯੂਨੀਵਰਸਿਟੀ ਦੇ ਪ੍ਰੋਫੈਸਰ ਲੱਗਣਾ ਕਦੇ ਕਿਸੇ ਨੇ ਨਾ ਸਾਨੂੰ ਕਿਹਾ ਜੀ ਤੁਹਾਨੂੰ ਲਾਇਆ ਬਸ ਇੰਟਰਵਿਊ ਹੋਈ ਨਿਯੁਕਤੀ ਪੱਤਰ ਮਿਲ ਜਾਂਦੇ ਤੇ ਹੁਣ ਤਾਂ ਨਿਯੁਕਤੀ ਪੱਤਰ ਦਿੰਦੇ ਹੋ ਫਿਰ ਉਹਨੂੰ ਇਵੈਂਟ ਬੰਦਦਾ ਫਿਰ ਗੱਲਾਂ ਚਾਦੀਆਂ ਨੇ ਫਿਰ ਬਹੁਤ ਕੁਝ ਹੁੰਦਾ ਚਾਹੇ ਹਜ਼ਾਰਾਂ ਨੇ ਚਾਹੇ 100 ਦੇ ਉਹ ਜਿਹੜਾ ਨਿਯੁਕਤੀ ਪੱਤਰ ਨੇ ਜਿਹੜੇ ਤੁਸੀਂ ਕੱਲ ਬੰਡੇ ਨੇ ਉਹਨਾਂ ਨੂੰ ਲੈ ਕੇ ਵੀ ਚਰਚਾ ਹੋ ਰਹੀ ਹੈ ਜੇ ਇਹ ਸੱਚ ਵਿੱਚ ਹੀ ਰੈਗੂਲਰ ਕੀਤੇ ਨੇ ਤਾਂ ਸਪਸ਼ਟੀਕਰਨ ਦੇਣਾ ਬਣਦਾ ਹੈ ਹਰ ਗੱਲ ਤੇ ਸਪਸ਼ਟੀਕਰਨ ਦੇ ਦੇ ਮਾਨਵਿੰਦਰ ਸਿੰਘ ਕੰਗ ਤੁਹਾਡੇ ਬੁਲਾ ਰਹੇ ਇੱਥੇ ਵੀ ਲੋਕਾਂ ਦੀ ਗੱਲ ਕਰਦੇ ਨੇ ਤੇ ਬਹੁਤ ਸਾਰੇ ਹੋਰ ਮਸਲੇ ਨੇ ਉਹਨਾਂ ਬਾਰੇ ਵੀ ਗੱਲਾਂ ਕਰਦੀਆਂ ਨੇ ਅਸੀਂ ਕੱਲ ਇੱਕ ਪ੍ਰੋਗਰਾਮ ਕੀਤਾ ਉਹ ਚ ਜਿਹੜੇ ਪੰਜਾਬ ਸੂਬੇ ਦੇ ਐਡਟ ਸਕੂਲਾਂ ਦੇ ਪ੍ਰਧਾਨ ਉਪਜੀਤ ਸਿੰਘ ਬਰਾੜ ਸੀ ਉਹਨਾਂ ਦੀ ਗੱਲ ਸੁਣੋ ਐਡਟ ਸਕੂਲਾਂ ਦਾ ਕਿੰਨਾ ਮਾੜਾ ਹਾਲ ਹੈ ਇਹ ਸਾਰੀਆਂ ਗੱਲਾਂ ਕਰਦੀਆਂ ਬਣਦੀਆਂ ਨੇ ਤੇ ਫੇਰ ਲੱਗਦਾ ਹੈ ਕਿ ਤੁਸੀਂ ਸੱਚਮੁੱਚ ਹੀ ਜਿਸ ਤਰ੍ਹਾਂ ਤੁਸੀਂ ਆਪਣੇ ਪਿਤਾ ਜੀ ਦਾ ਨਾਂ ਲੈਣੇ ਹੋ ਮਾਨ ਸਾਹਿਬ ਕਿ ਮੈਂ ਇੱਕ ਮਾਸਟਰ ਦਾ ਬੇਟਾ ਹੈ ਸਾਰੇ ਅਧਿਆਪਕਾਂ ਦੀ ਗੱਲ ਤੁਸੀਂ ਸੁਣੀ ਹੈ ਖੈਰ ਆਪਾਂ ਅੱਗੇ ਵਧੀਏ ਨੈਸ਼ਨਲ ਖਬਰ ਦੀ ਗੱਲ ਕਰ ਲਈਏ ਇੱਕ ਦੀ ਉਹਦੇ ਚ ਗੱਲ ਇਹ ਹੋ ਰਹੀ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਆਪਦਾ ਜਥੇਵੰਦਕ ਢਾਂਚਾ ਜਿਹੜਾ ਹੈ ਉਹਦੇ ਚ ਚੇਂਜ ਹੁੰਦੀ ਰਹਦੀ ਹੈ ਉਹਨੇ ਵੀ ਕੀਤੀ ਹੈ ਕੁਝ ਕੱਢੇ ਨੇ ਕੁਝ ਪਾਏ ਨੇ ਪਰ ਸਾਡਾ ਤਾਂ ਇਹ ਹੈ ਕਿ ਪੰਜਾਬ ਚ ਸ੍ਰੀਲ ਜਾਖੜ ਸਾਹਿਬ ਜਦੋਂ ਬਣੇ ਸੀ ਉਦੋਂ ਮੈਂ ਇਹ ਕਿਹਾ ਸੀ ਕਿ ਪੰਜਾਬ ਦੇ ਵਿੱਚ ਕਾਂਗਰਸੀ ਨੂੰ ਇਹਨਾਂ ਨੇ ਬਣਾਇਆ ਤਰਨਚੋਗ ਕਿਥੇ ਜਾਣਗੇ ਆਵ ਨਾਸ਼ਰਾਇ ਖੰਨਾ ਵੀ ਹੈ ਕਿ ਨਹੀਂ ਜੇ ਸੁਮੇ ਕੁਵਾਰ ਨੂੰ ਨਹੀਂ ਰੱਖਣਾ ਮਨੋਰੰਜਨ ਕਾਲੀਆ ਬੜੇ ਟਕਸਾਲੀ ਲੀਡਰ ਪਏ ਨੇ ਤੇ ਉਹਨਾਂ ਚੋਂ ਤਰਨ ਚੁਗ ਨੂੰ ਜਨਰਲ ਸਕੱਤਰ ਦੇ ਤੌਰ ਤੇ ਉਧਰ ਤਾਂ ਅਡਜਸਟ ਕਰ ਦਿੱਤਾ ਗਿਆ ਹੈ ਆ ਵੈਸੇ ਮੁਸਲਮਾਨਾਂ ਦਾ ਵੀ ਜਿਵੇਂ ਸਿੱਖਾਂ ਦਾ ਮੁਸਲਮਾਨਾਂ ਚੋਂ ਵੀ ਕਦਾ ਲੈ ਲੈਂਦੇ ਨੇ ਸਿੱਖਾਂ ਨੂੰ ਤੋਂ ਖੈਰਾ ਉਹ ਕਹਿੰਦੇ ਨੇ ਆ ਆਰਐਸਐਸ ਵੀ ਕਹਿੰਦੀ ਹੈ ਸਾਡਾ ਆਪਣੇ ਨੇ ਆਹੀ ਤਾਂ ਰੌਲਾ ਹੈ ਮੈਨੂੰ ਇੱਕ ਵਾਰੀ ਪੁੱਛਿਆ ਗਿਆ ਸੀ ਇਹਨਾਂ ਦੇ ਇੱਕ ਬਹੁਤ ਸੀਨੀਅਰ ਲੀਡਰ ਤੋਂ ਕੀ ਬਾਤ ਕੀ ਹੈ ਸਿੱਖ ਤੋਂ ਹਮਾਰੇ ਹੈ ਹਮ ਤੋ ਉਨਕੋ ਕਹਤੇ ਕੇ ਹਮਾਰੇ ਹੈ ਮੈਂ ਯਾਹੀ ਰੋੜਾ ਸਿੱਖ ਕਹਿੰਦੇ ਨੇ ਅਸੀਂ ਵੱਖਰੀ ਕੌਮ ਹੈ ਤੁਸੀਂ ਕਹਿੰਦੇ ਹੋ ਸਾਡੇ ਚੋਂ ਨੇ ਐਹੀ ਤਾਂ ਰੋੜਾ ਹੈ ਤੁਸੀਂ ਇਸ ਗੱਲ ਨੂੰ ਸਮਝੋ ਖੈਰ ਮੈਂ ਮੁਸਲਮਾਨਾਂ ਦੀ ਗੱਲ ਕਰ ਰਿਹਾ ਸੀ ਅਲੀਗੜ੍ਹ ਯੂਨੀਵਰਸਿਟੀ ਹੈ ਜਿਹੜੀ ਮੁਸਲਮਾਨਾਂ ਦੀ ਉਹਦੇ ਸਾਬਕਾ ਵਾਈਸ ਚਾਂਸਲਰ ਤਾਰਿਕ ਮਨਸੂਰ ਨੂੰ ਵੀ ਇਹਨਾਂ ਨੇ ਜਿਹੜਾ ਹੈ ਲੈ ਲਿਆ ਸਕੱਤਰ ਤੋ ਇਸ ਤਰ੍ਹਾਂ ਹੀ ਕਾਂਗਰਸ ਦੇ ਜਿਹੜੇ ਲੀਡਰ ਏਕੇ ਇੰਟੈਨੀ ਸੀ ਉਦੇ ਪੁੱਤਰ ਅਨਲਟਾ ਇੰਡੀਨਸ ਕਤਰ ਬਣਾਇਆ ਹੋਰ ਬੜੀ ਬਸਾਰੀਆਂ ਚੇਂਜੇਸ ਕੀਤੀਆਂ ਨੇ ਲੇਕਿਨ ਸਾਡਾ ਸਬੰਧ ਤਾਂ ਜਿਆਦਾ ਪੰਜਾਬ ਨਾਲ ਸੀ ਕਿ ਤਰਨਚੁਗ ਪੰਜਾਬ ਦੇ ਜਿਹੜੇ ਲੀਡਰ ਨੇ ਉਹ ਨੈਸ਼ਨਲ ਲੈਵਲ ਤੇ ਉਹਨਾਂ ਦੀਆਂ ਸਰਵਿਸਿਜ਼ ਜਿਹੜੀਆਂ ਲਈਆਂ ਜਾਣਗੀਆਂ ਤਾਂ ਹੁਣ ਇੱਕ ਜਿਹੜੀਆਂ ਚੰਗੀਆਂ ਕੁਝ ਗੱਲਾਂ ਕੱਲ ਪੰਜਾਬ ਕੈਬਨਿਟ ਨੇ ਕੀਤੀਆਂ ਨੇ ਅਵਦੇ ਫੈਸਲੇ ਕੀਤੇ ਨੇ ਉਹਨਾਂ ਚੋਂ ਇੱਕ ਫੈਸਲਾ ਕਿ ਜਿਹੜਾ ਆਟਾ ਦਾਲ ਇਹ ਜਿਹੜੇ ਲਾਭਪਾਤਰੀ ਨੇ ਜਿਨ੍ਹਾਂ ਨੂੰ ਇਹ ਮਿਲਣਾ ਚਾਹੀਦਾ ਉਹਨਾਂ ਨੂੰ ਹੁਣ ਆਪਣੀ ਦਿਹਾੜੀ ਤੋੜ ਕੇ ਨਹੀਂ ਜਾਣਾ ਪਊਗਾ ਉਹਨਾਂ ਦੇ ਘਰਾਂ ਤੱਕ ਪਹੁੰਚੂਗਾ ਇਹ ਦਾਅਵਾ ਕੀਤਾ ਕੱਲ੍ਹ ਦੀ ਜਿਹੜਾ ਹੈ ਕਿ ਫੈਸਲਾ ਕੀਤਾ ਅਸੀਂ ਉੱਥੇ ਪਹੁੰਚਾਵਾਂਗੇ ਮੈਂ ਬਾਰ-ਬਾਰ ਕਿਉਂ ਕਹਿੰਦਾ ਵੀ ਜੇ ਇਹ ਸਹੀ ਤਰੀਕੇ ਨਾਲ ਇੰਪਲੀਮੈਂਟ ਹੁੰਦਾ ਹੈ ਇਹਦੇ ਕਈ ਫਾਇਦੇ ਨੇ ਡਿਪੂ ਹੋਲਡਰਾਂ ਦੀ ਗੱਲ ਵੱਖਰੀ ਹੈ ਉਹ ਪਹਿਲਾਂ ਵੀ ਪ੍ਰੋਟੈਸਟ ਕਰ ਰਹੇ ਸੀ ਲੇਕਿਨ ਕਿਵੇਂ ਪਹੁੰਚਣਾ ਹੈ ਕਿਹਦੇ ਰਾਹੀਂ ਪਹੁੰਚਣਾ ਹੈ ਕਿੰਨੇਖ ਹੋਰ ਰੋਜ਼ਗਾਰ ਮਿਲਣਾ ਹੈ ਇਹ ਬਹੁਤ ਫਾਇਦਾ ਹੋਣ ਵਾਲਾ ਹੈ ਜੇ ਸੱਚਮੁੱਚ ਇਹ ਸਹੀ ਤਰੀਕੇ ਨਾਲ ਇੰਪਲੀਮੈਂਟ ਹੋ ਜਾਂਦਾ ਹੈ ਪੰਜਾਬ ਸਰਕਾਰ ਦੇ ਜਿਹੜੇ ਕੈਬਨਿਟ ਦੇ ਹੋਰ ਜਿਹੜੇ ਫੈਸਲੇ ਨੇ ਉਹਨਾਂ ਦਾ ਵੀ ਆਪਾਂ ਜ਼ਿਕਰ ਕਰਾਂਗੇ ਜਿਵੇਂ ਸਪੋਰਟਸ ਪਾਲਿਸੀ ਦੀ ਗੱਲ ਆਪਾਂ ਕਰਾਂਗੇ ਜਾਂ ਧਰਮੀ ਫੌਜੀਆਂ ਦਾ ਗੁਜ਼ਾਰਾ ਪੱਤਾ ਉਹਨਾਂ ਨੇ ਵਧਾਇਆ ਹੈ ਦੇਖੋ ਜਿਹੜੀ ਗੱਲ ਮੈਂ ਕਰ ਰਿਹਾ ਸੀ ਕਿ ਪੰਜਾਬ ਕੈਬਨਿਟ ਨੇ ਜਿਹੜੇ ਫੈਸਲੇ ਕੀਤੇ ਨੇ ਆਟਾ ਦਾਲ ਜਾਂ ਕਣਕ ਉੱਤੋਂ ਤੁਹਾਡੇ ਘਰ ਤੱਕ ਪਹੁੰਚੇਗੀ ਇਹ ਤਾਂ ਪੰਜਾਬ ਸਰਕਾਰ ਦਾ ਫੈਸਲਾ ਹੋ ਗਿਆ ਚੰਗਾ ਫੈਸਲਾ ਹੋ ਗਿਆ ਹੋਰ ਵੀ ਫੈਸਲੇ ਜਿਵੇਂ ਉਹਨਾਂ ਨੇ ਕਿਹਾ ਕਿ ਪਟਿਆਲਾ ਤੇ ਅੰਮ੍ਰਿਤਸਰ ਦਾ ਜਿਹੜਾ ਡੈਂਟਲ ਕਾਲਜ ਹੈ ਉਹਨਾਂ ਦੋਨੇ ਕਾਲਜਾਂ ਚ 39 ਅਸਾਮੀਆਂ ਸੀ ਜਿਹੜੀਆਂ ਫ੍ਰੀਜ਼ ਹੋ ਗਿਆ ਸੀ ਉਹਨਾਂ ਨੂੰ ਮੁੜ ਸਰਜੀਤ ਕਰਨਾ ਹੈ ਬਹੁਤ ਜ਼ਰੂਰਤ ਹੈ ਮੈਂ ਪਹਿਲਾਂ ਵੀ ਬਹੁਤ ਵਾਰ ਗੱਲ ਕੀਤੀ ਹੈ ਕਿ ਸਾਨੂੰ ਅੱਠ ਸੈਂਟਰ ਖੋਲਣ ਦਾ ਬਹੁਤ ਫਾਇਦਾ ਹੋਏਗਾ ਜਦੋਂ ਤੁਸੀਂ ਮਾਨ ਸਾਹਿਬ ਇਹ ਕਹਿੰਦੇ ਹੋ ਕਿ ਆਈਐਸ ਅਸੀਂ ਬਣਾਉਣੇ ਨੇ ਬਿਲਕੁਲ ਸਹੀ ਗੱਲ ਹੈ ਯੂਪੀਐਸਸੀ ਦੀ ਤਿਆਰੀ ਕਰਵਾਓ ਤੁਹਾਡੇ ਨਾਲ ਕਈ ਵਾਰੀ ਗੱਲ ਕੀਤੀ ਹੈ ਕਿਉਂਕਿ ਮੈਂ ਡਾਇਰੈਕਟਰ ਦੇ ਤੌਰ ਤੇ ਕਾਫੀ ਚਿਰ ਕੰਮ ਕੀਤਾ ਆਈਐਸ ਟ੍ਰੇਨਿੰਗ ਸੈਂਟਰ ਦੇ ਵਿੱਚ ਮੈਂ ਤੁਹਾਨੂੰ ਮੁਸ਼ਕਲਾ ਪਹਿਲਾਂ ਵੀ ਦੱਸ ਗਿਆ ਨਾ ਹੁਣ ਵੀ ਦੱਸਦਾ ਹੈ ਕੰਟੈਂਟ ਪੈਦਾ ਕਰੋ ਟੀਚਰਸ ਨਹੀਂ ਮਿਲਦੇ ਸਹੀ ਟੀਚਰ ਸਰਕਾਰ ਨੂੰ ਜਿਹੜੇ ਇਹ ਯੂਪੀਐਸਸੀ ਦੀ ਤਿਆਰੀ ਕਰਾਉਣ ਉਹਨਾਂ ਨੂੰ ਤਿਆਰ ਕਰੋ ਤੇ ਦੂਜੇ ਪਾਸੇ ਜਿਹੜੀ ਗੱਲ ਮੈਂ ਬਾਰ-ਬਾਰ ਕਹਿੰਦਾ ਕਿ ਸਾਨੂੰ ਡਾਕਟਰਾਂ ਦੀ ਬਹੁਤ ਲੋੜ ਹੈ ਸਾਨੂੰ ਇੰਜੀਨੀਅਰਸ ਦੀ ਵੀ ਲੋੜ ਹੈ ਆਈਐਸ ਦੇ ਨਾਲ ਇਹਨਾਂ ਨੂੰ ਵੀ ਲਾਓ ਇਹ ਜਿਹੜੇ ਸਟੂਡੈਂਟ ਜਿਹੜਾ ਸ਼ਾਰਟ ਸਟੂਡੈਂਟ ਹੈ ਬਹੁਤ سارے ਡਾਕਟਰ ਆਈਐਸ ਕਰਦੇ ਨੇ ਉਹ ਇਸੇ ਕਰਕੇ ਕਿ ਉਹਨਾਂ ਦੇ ਵਿੱਚ ਟੈਲੈਂਟ ਹੁੰਦਾ ਨਾ ਉਹ ਇਹਨਾਂ ਦਾ ਜਿਹੜਾ ਡਾਕਟਰਾਂ ਵਾਲਾ ਵੀ ਆਪਾਂ ਨੂੰ ਧਿਆਨ ਦੇਣ ਦੀ ਲੋੜ ਹੈ ਤੁਸੀਂ ਵਧੀਆ ਕੀਤਾ ਜਿਹੜੀਆਂ ਇਹ 39 ਅਸਾਮੀਆਂ ਨੂੰ ਮੁੜ ਸਰਜੀਤ ਕਰਨ ਦੀ ਗੱਲ ਕੀਤੀ ਹੈ ਧਰਮੀ ਫੌਜੀ ਜਿਹੜੇ ਤੁਹਾਨੂੰ ਧਰਮੀ ਫੌਜੀ ਕਿਹੜੇ ਨੇ ਪਿਆਰੇ ਦਰਸ਼ਕੋ ਜਿਹੜੇ ਜਦੋਂ ਸੱਦਾ ਦਿੱਤਾ ਸੀ ਜਦੋਂ ਸਾਕਾ ਨੀਲਾ ਤਾਰਾ ਹੋਇਆ ਜਦੋਂ ਇਹ ਕਿਹਾ ਜਾਂਦਾ ਕਿ ਅਕਾਲ ਤਖਤ ਸਾਬ ਤੇ ਅਟੈਕ ਹੋਇਆ ਭਾਰਤੀ ਫੌਜ ਵੱਲੋਂ ਉਸ ਵੇਲੇ ਭਾਰਤੀ ਫੌਜੀ ਜਿਹੜੇ ਛੱਡ ਗਏ ਸੀ ਵੈਰਕਾ ਭਾਵਕ ਹੋ ਕੇ ਜਜ਼ਬਾਤੀ ਹੋ ਕੇ ਉਹਨਾਂ ਦੇ ਪ੍ਰਧਾਨ ਮੈਨੂੰ ਕੋਈ ਵਾਰੀ ਮਿਲੇ ਨਹੀਂ ਉਹਨਾਂ ਨਾਲ ਜਿਹੜੇ ਵਾਦੇ ਐ ਐਸਜੀਪੀਸੀ ਨੇ ਕੀਤੇ ਨੇ ਕਦੇ ਪੂਰੇ ਨਹੀਂ ਕੀਤੇ ਸੱਚਮੁੱਚ ਹੀ ਉਹ ਭਾਵਕ ਹੋਗੇ ਠੀਕ ਹੈ ਉਹਨਾਂ ਨੂੰ ਉਹ ਆਬਦਾ ਜਸਗਾਰ ਉਹਨਾਂ ਤੇ ਚਲਾ ਗਿਆ ਤੇ ਫਰਜ ਬਣਦਾ ਸੀ ਸੱਦਾ ਦੇਣ ਵਾਲਿਆਂ ਨੂੰ ਸੋਚਣਾ ਚਾਹੀਦਾ ਸੀ ਤੇ ਬਾਦਲ ਸਾਹਿਬ ਵੀ ਰਹੇ ਨੇ ਉਹਨਾਂ ਨੂੰ ਸੋਚਣਾ ਚਾਹੀਦਾ ਸੀ ਉਹਨਾਂ ਬਾਰੇ ਪਰ ਮੈਨੂੰ ਚੰਗਾ ਲੱਗਿਆ ਕਿ ਭਾਵੇਂ ਕਿਸੇ ਨੇ ਸੋਚਿਆ ਜ ਨਹੀਂ ਮਾਨ ਸਾਹਿਬ ਨੇ ਸੋਚਿਆ ਥੋੜਾ ਜਿਹਾ ਭਗਵੰਤ ਮਾਨ ਨੇ ਕਿਹਾ ਕਿ ਧਰਮੀ ਫੌਜੀਆਂ ਦਾ ਜਿਹੜਾ ਗੁਜ਼ਾਰਾ ਪੱਤਾ ਹੈ ਵਧਾਇਆ ਭਾਵੇਂ ਥੋੜਾ ਹੀ ਹੈ 10000 ਦੀ بجائے 12000 ਕੀਤਾ ਪਰ ਫਿਰ ਵੀ ਸੋਚਿਆ ਤਾਂ ਸਹੀ ਉਹਨਾਂ ਬਾਰੇ ਉਹਨਾਂ ਦੇ ਬੱਚਿਆਂ ਬਾਰੇ ਸੋਚ ਲਓ ਕਿਸੇ ਨੂੰ ਨੌਕਰੀ ਦੀ ਜੇ ਗੱਲ ਹੋ ਸਕਦੀ ਹੈ ਤਾਂ ਬਹੁਤ ਵਧੀਆ ਗੱਲ ਹੋਏਗੀ। ਤੋਂ ਇੱਕ ਇਹ ਵੀ ਕਿ ਹੈ ਮਾਰਕਫੈਟ ਦੇ 590 ਡਿਪੂ ਖੋਲਣ ਦੀ ਵੀ ਗੱਲ ਹੋਈ ਹੈ। ਤੇ ਇੱਕ ਇਹ ਫੈਸਲਾ ਹੋਇਆ ਕਿ ਆਰਵਿਜਕ ਯੂਨੀਵਰਸਿਟੀ ਜਿਹੜੀ ਹੈ ਉਸ ਦੇ ਤੇ ਵੀ ਕਈ ਅਹਿਮ ਫੈਸਲੇ ਨੇ 14 ਸੁਪਰਵਾਈਜ਼ਰ ਰੱਖਨੇ 200 ਟ੍ਰੇਨਰ ਰੱਖੇ ਜੇ ਅਸਲ ਦੇ ਵਿੱਚ ਗਲਤੀ ਇਹੀ ਹੋਈ ਹੈ ਕਿ ਹੁਣ ਸੀਐਮ ਦੀ ਯੋਗਸ਼ਾਲਾ ਇਹ ਚੱਲ ਰਹੀ ਹੈ ਪੰਜਾਬ ਦੇ ਵਿੱਚ ਜਿੱਦੀ ਯੋਗਾ ਕਲਾਸਿਜ਼ ਲੱਗਦੀਆਂ ਨੇ ਮੈਂ ਸਮਝਦਾ ਇਹ ਬਹੁਤ ਯੋਗਾ ਕਲਾਸ ਚਲਾਉਣੀ ਹਰ ਰੋਜ਼ ਮੈਂ ਤਾਂ ਹੁਣ ਪਟਿਆਲਾ ਸ਼ਹਿਰ ਅਜਵੇਂ ਪਟਿਆਲਾ ਦੇ 55 ਥਾਵਾਂ ਤੇ ਹਰ ਰੋਜ਼ ਸਵੇਰੇ ਤੇ ਸ਼ਾਮ ਯੋਗਾ ਟੀਚਰ ਜਾ ਕੇ ਯੋਗਾ ਕਰਾਉਂਦੇ ਨੇ ਕਿਤੇ ਸ਼ਾਮ ਨੂੰ ਕਿਤੇ ਸਵੇਰੇ ਮਤਲਬ ਇੱਕ ਇੱਕ ਯੋਗਾ ਟੀਚਰ ਚਾਰ ਚਾਰ ਤਿੰਨ ਚਾਰ ਕਲਾਸਾਂ ਜਿਵੇਂ ਇੱਕ ਯੋਗਾ ਟੀਚਰ ਫੇਜ਼ 1 ਦੇ ਵਿੱਚ ਸਵੇਰੇ ਕਲਾਸ ਲੈਂਦਾ ਫੇਜ਼ 2 'ਚ ਅਰਬਨ ਸਟ੍ਰੀਟ 'ਚ ਸ਼ਾਮ ਨੂੰ ਲੈਂਦਾ ਫੇਜ਼ 3 'ਚ ਲੈਂਦਾ ਇਸ ਤਰ੍ਹਾਂ ਟਾਈਮਿੰਗ ਬਣ ਲੇ ਇਹ ਤਾਂ 200 ਟ੍ਰੇਨਰ ਪੰਜਾਬ ਦੇ ਤੇ 14 ਸੁਪਰਵਾਈਜ਼ਰ ਵੈਸੇ ਤੁਹਾਡੇ ਯਾਦ ਹੋਊ ਜਦੋਂ ਦਿੱਲੀ ਦੀ ਯੋਗਸ਼ਾਲਾ ਬੰਦ ਕਰਾਈ ਸੀ ਉਸ ਵੇਲੇ ਕਈ ਨੌਨ ਪੰਜਾਬੀ ਲੱਖ ਤੋਂ ਵੱਧ ਰੁਪਏ ਦੇ ਵਿੱਚ ਜਿਹੜੇ ਰੱਖੇ ਸੀ ਨਾ ਉਹ ਹੀ ਇਹ ਜਿਹੜੇ ਹੈ ਬੈਂਕ ਮੈ ਅਰਵੈਦਿਕ ਯੂਨੀਵਰਸਿਟੀ ਹੈ ਤਾਂ ਉਹਦੇ ਚ ਲੇਕਿਨ ਇਹ ਗੱਲ ਹਰ ਹਰ ਇੱਕ ਗੱਲ ਤੇ ਸਾਨੂੰ ਜਦੋਂ ਅਲੋਚਨਾ ਦੀ ਹੱਤ ਪੈ ਜੇ ਤਾਂ ਉਹ ਵੀ ਚੰਗੀ ਗੱਲ ਲਈ ਮੈਂ ਨਿੱਜੀ ਤੌਰ ਤੇ ਸਮਝਦਾ ਹਾਂ ਪੰਜਾਬ ਦੇ ਵਿੱਚ ਜੇ ਸੱਚਮੁੱਚ ਹੀ ਯੋਗਾ ਕਲਾਸਾਂ ਸਹੀ ਤਰੀਕੇ ਨਾਲ ਕੰਟੀਨਿਊ ਰਹਿਣ ਲੱਗ ਤਾਂ ਲਗਾਤਾਰ ਰਹਿਣ ਤਾਂ ਪੰਜਾਬ ਦੀ ਸਿਹਤ ਤੇ ਫਰਕ ਪਏਗਾ ਕਿਉਂਕਿ ਉਹਨਾਂ ਦਾ ਸਿਲੇਬਸ ਮੈਂ ਦੇਖਿਆ ਕਿ ਜਿਹੜੇ ਆਮ ਤੌਰ ਤੇ ਮੀਡਲ ਕਲਾਸ ਨੂੰ ਪ੍ਰੋਬਲਮਸ ਨੇ ਸਰਵਾਈਕਲ ਦੀ ਪ੍ਰੋਬਲਮ ਹੈ ਜਿਵੇਂ ਫਾਰ ਐਗਜ਼ਾਮਪਲ ਉਹਦੀਆਂ ਸਾਰੀਆਂ ਐਕਸਰਸਾਈਜ਼ ਸਿਰ ਤੋਂ ਲੈ ਕੇ ਅੱਖਾਂ ਤੋਂ ਲੈ ਕੇ ਗਰਦਨ ਤੋਂ ਲੈ ਕੇ ਬਾਹਾਂ ਗੋਡੇ ਪੈਰਾਂ ਸਾਰਾ ਤੱਕ ਇਹ ਇਸ ਤਰ੍ਹਾਂ ਡਿਜ਼ਾਈਨ ਕੀਤਾ ਜੇ ਕੋਈ 5-7 ਮਹੀਨੇ ਇਹ ਕਲਾਸਾ ਲਾ ਲੂਗਾ ਤਾਂ ਉਹ ਸੇਸ਼ਬੰਦ ਰਹੂਗਾ ਮੈਨੂੰ ਇਹ ਠੀਕ ਲੱਗੀ ਆ ਉਹਨਾਂ ਦੀ ਬਾਕੀ ਬਹੁਤ ਸਾਰੀਆਂ ਗੱਲਾਂ ਕੌਣ ਕਿਉਂ ਹੋਇਆ ਇਹ ਬਾਅਦ ਦੀਆਂ ਗੱਲਾਂ ਨੇ ਆਪਾਂ ਹੋਰ ਗੱਲ ਕਰੀਏ ਮਜ਼ਦੂਰਾਂ ਦੇ ਰਜਿਸਟ੍ਰੇਸ਼ਨ ਬਾਰੇ ਵੀ ਫੈਸਲਾ ਕਿ ਸੌਖਾ ਕਰਾਂਗੇ ਮਾਰਕਫੈਟ ਦੇ ਜਿਹੜੇ ਕੁਝ ਨਵੇਂ ਡੁੱਪੂ 500 ਖੋਲਣੇ ਨੇ ਇਸ ਕਿਸਮ ਦੇ ਫੈਸਲੇ ਸਪੋਰਟਸ ਦੀ ਨਵੀਂ ਨੀਤੀ ਦੀ ਵੀ ਗੱਲ ਕੀਤੀ ਹੈ वैसे देखो कोच खिलाड़ी ਉਹਨਾਂ ਨੂੰ ਕਰੋਨਾ ਰੁਪਏ ਦਾ ਇਨਾਮ ਜਿਹੜਾ ਇਹਨਾਂ ਨੂੰ ਦੇਣਾ ਵੀ ਚਾਹੀਦਾ ਹੈ ਜਦ ਨੇ ਐਲਾਨ ਕੀਤਾ ਹੈ ਨੌਕਰੀਆਂ ਦਾ ਐਲਾਨ ਕੀਤਾ ਹੈ ਇਹ ਖੇਡ ਨੀਤੀ ਦੇ ਵਿੱਚ वैसे ਇਹ ਗੱਲ ਵੀ ਮਾਨ ਸਾਹਿਬ ਦੇਖ ਲਿਓ ਸ਼ਾਇਦ ਤੁਹਾਡੇ ਨੋਟਿਸ 'ਚ ਹੋਵੇ ਕਿ ਜਿਹੜੀਆਂ ਖੇਡਾਂ ਬੱਤਰ ਪੰਜਾਬ ਦੀਆਂ ਹੋਈਆਂ ਸੀ ਉਹਨਾਂ ਦੇ ਵੀ ਕਈ ਲੋਕ ਕਹਿੰਦੇ ਨੇ ਪੈਸਾ ਰਹਿੰਦਾ ਉਹ ਵੀ ਜਿਹੜਾ ਹੈ ਦੇ ਦੇਣਾ ਚਾਹੀਦਾ ਤਾਂ ਕਿ ਜਿਹੜੀ ਇਹ ਖੇਡ ਨੀਤੀ ਆਉਂਦੀ ਹੈ ਤੇ ਲੋਕਾਂ ਨੂੰ ਇਤੇ ਪੂਰਾ ਵਿਸ਼ਵਾਸ ਹੋਵੇ ਖਰ ਫੈਸਲੇ ਪੰਜਾਬ ਕੈਬਨਟ ਦੇ ਕਾਫੀ ਸਹੀ ਨਜ਼ਰ ਆ ਰਹੇ ਨੇ ਬਾਕੀ ਤਾਂ ਇੰਪਲੀਮੈਂਟੇਸ਼ਨ ਦੀ ਅਮਲੀ ਰੂਪ ਦੇ ਵਿੱਚ ਲਾਗੂ ਹੋਣ ਦੀ ਗੱਲ ਹੈ ਤੇ ਹੁਣ ਆਪਾਂ ਗੱਲ ਕਰੀਏ ਜਿਹੜੀ ਅਗਲੀ ਖਬਰ ਅਕਾਲੀ ਦਲ ਨਾਲ ਸੰਬੰਧਿਤ ਸਗਵੀਰ ਸਿੰਘ ਬਾਦਲ ਪ੍ਰਧਾਨ ਸਾਹਿਬ ਭਾਵੇਂ ਨਹੀਂ ਲੇਕਿਨ ਅਕਾਲੀ ਦਲ ਐਕਟਿਵ ਨਜ਼ਰ ਆਉਂਦਾ ਹੈ ਤੇ ਅੱਜ ਕੱਲ ਜਿਹੜੀ ਐਕਟੀਵਿਟੀ ਹੈ ਨਾ ਮੈਂ ਤੁਹਾਨੂੰ ਕੱਲ ਵੀ ਕਿਹਾ ਸੀ ਕਿ ਇੱਕ ਨਵੀਂ ਕਿਸਮ ਦੀ ਪੋਲਿਟਿਕਸ ਚੱਲ ਗਈ ਜਦੋਂ ਪੱਤਰਕਾਰੀ ਦੇ ਵਿੱਚ ਕੋਈ ਪੱਤਰਕਾਰ ਜਾਂ ਕੰਮ ਨਹੀਂ ਕਰਦੇ ਨਾ ਜਿਹੜੇ ਬਹੁਤ ਸਾਰੇ ਪੱਤਰਕਾਰ ਕੰਮ ਨਹੀਂ ਕਰਦੇ ਸਾਡੇ ਉਹਨਾਂ ਨੂੰ ਆਤ ਜਿਹੜੀ ਹੈ ਪੈ ਜਾਂਦੀ ਹੈ ਬੇਲੇ ਰਹਿਣ ਦੀ ਉਹ ਕੋਈ ਫੰਕਸ਼ਨ ਹੋਵੇ ਫਾਰ ਐਗਜ਼ਾਮਪਲ ਫੰਕਸ਼ਨ ਅਟੈਂਡ ਕੀਤਾ ਪ੍ਰਸ਼ਾਦੇ ਛਕੇ ਤੇ ਉਹਨਾਂ ਦੀ ਜਦ ਬਾਬਾ ਹੁੰਦੀ ਹੈ ਵੱਡੇ ਅਖਬਾਰਾਂ ਦੇ ਪੱਤਰਕਾ ਅੱਜ ਕ ਤਾਂ ਗਿਣਤੀ ਜ਼ਿਆਦਾ ਹੋ ਗਈ ਪਹਿਲਾਂ ਤਾਂ ਬਹੁਤ ਜ਼ਿਆਦਾ ਹੁੰਦੀ ਸੀ ਫਿਰ ਉਹ ਕਹਿੰਦੇ ਪ੍ਰੈਸ ਨੋਟ ਭੇਜ ਦਿਓ ਔਰ ਪ੍ਰੈਸ ਨੋਟ ਜਿਹੜਾ ਹੈ ਉਹ ਪੀਆਰ ਨੂੰ ਡੀਪੀਆਰ ਨੂੰ ਭੇਜਦਾ ਉਹਨਾਂ ਦੀ ਡਿਊਟੀ ਹੈ ਉਹਨਾਂ ਨੇ ਸਰਕਾਰ ਦੇ ਮਤਲਬ ਭੇਜਣਾ ਹੁੰਦਾ ਹੈ ਸਰਕਾਰ ਦੀਆਂ ਨੀਤੀਆਂ ਨੂੰ ਹਾਈਲਾਈਟ ਕਰਨਾ ਹੁੰਦਾ ਹੈ ਸੱਚ ਕੀ ਹੈ ਕੌਣ ਦੇਖਦਾ ਬਹੁਤਾਂ ਵਾਰ ਤੇ ਪ੍ਰੈਸ ਨੋਟ ਨੂੰ ਅੱਗੇ ਕਰ ਦਿੱਤਾ ਜਾਂਦਾ ਹੈ ਇਸ ਤਰ੍ਹਾਂ ਪ੍ਰੈਸ ਨੋਟ ਜਨਲੇਜਮ ਹੁੰਦਾ ਹੈ ਤੇ ਅੱਜ ਕੱਲ੍ਹ ਪ੍ਰੈਸ ਨੋਟ ਜਰਨਲਿਜ਼ਮ ਨੂੰ ਆਪਾਂ ਜੇ ਮੰਨフィー ਕਰ ਦਈਏ ਪ੍ਰੈਸ ਨੋਟ ਪੋਲਿਟਿਕਸ ਚਲਦੀ ਪ੍ਰੈਸ ਨੋਟ ਪੋਲਿਟਿਕਸ ਤੇ ਟਵੀਟ ਪੋਲਿਟਿਕਸ ਕਿ ਕੰਮ ਕੋਈ ਕਰੋਨਾ ਕਰੋ ਗਰਾਉਂਡ ਤੇ ਪਾਰਟੀ ਕੁਝ ਕਰੇ ਨਾ ਕਰੇ ਲੇਕਨ ਪ੍ਰੈਸ ਨੋਟ ਦੇ ਕੇ ਆਪਣੀ ਹਾਜ਼ਰੀ ਲਵਾਓ ਤੇ ਬੜਾ ਸੌਖਾ ਤਰੀਕਾ ਹੈ ਗਵਰਨਰ ਹਾਊਸ ਵਿਰੋਧੀ ਪਾਰਟੀਆਂ ਲਈ ਉਥੇ ਜਾਓ ਗਵਰਨਰ ਸਾਹਿਬ ਤੋਂ ਵੈਸੀ ਨਹੀਂ ਬਣਦੀ ਮਾਨ ਸਾਹਿਬ ਨਾਲ ਉੱਥੇ ਜਾ ਕੇ ਮਾਨ ਸਾਹਿਬ ਦੇ ਖਿਲਾਫ ਜਾਂ ਮਾਨ ਸਰਕਾਰ ਦੇ ਖਿਲਾਫ ਕੋਈ ਸ਼ਿਕਾਇਤ ਦਿਓ ਮੰਗ ਪੱਤਰ ਦਿਓ ਬਾਹਰ ਖੜੇ ਹੁੰਦੇ ਨੇ ਮਾਈਕ ਲੈ ਕੇ ਪੱਤਰਕਾਰ ਉਹਨਾਂ ਨੂੰ ਆਪਣੀ ਗੱਲ ਕਹੋ ਤੁਹਾਡੀ ਖਬਰ ਨਸਰ ਹੋ ਜੂ ਜਾ ਕੇ ਸੌਝੋ ਅਗਲੇ ਦਿਨ ਲਈ ਬਤਾ ਲੱਭੋ ਇਸ ਤਰ੍ਹਾਂ ਦੀ ਪੋਲਿਟਿਕਸ ਜਿਹੜੀ ਹੈ ਇਹ ਟਵੀਟ ਜਾਂ ਪ੍ਰੈਸ ਨੋਟ ਪੋਲਿਟਿਕਸ ਹੈ ਮੈਂਤ ਨਹੀਂ ਕਰਨੀ ਖਬਰ ਤੇ ਰਹਿਣਾ ਤੋ ਇਸ ਤਰ੍ਹਾਂ ਬਹੁਤ ਕਰਦੇ ਨੇ ਖੈਰ ਇੱਥੇ ਇੱਕ ਕੱਲ ਦੇਖਣ ਨੂੰ ਮਿਲਿਆ ਅਕਾਲੀ ਦਲ ਗਿਆ ਤੇ ਅਕਾਲੀ ਦਲ ਨੇ ਜਾ ਕੇ ਜੀ ਕਹਿੰਦੇ ਇਹ ਜਿਹੜਾ ਹੜਾਂ ਦੇ ਮਾਮਲੇ ਦੇ ਵਿੱਚ ਪੰਜਾਬ ਦੇ ਜਿਹੜਾ ਹੜ ਪੀੜਤਾਂ ਦੀ ਸਹਾਇਤਾ ਨਹੀਂ ਚ ਕਰਦੇ ਹਾਲਾਂਕਿ ਸਭ ਨੂੰ ਪਤਾ ਹੈ ਕਿ ਇਹ ਖਬਰ ਬੰਨੀ ਹੈ ਸਿਰਫ ਇਹਦਾ ਕੋਈ ਮਤਲਬ ਨਹੀਂ ਗਵਰਨਰ ਸਾਹਿਬ ਵੀ ਤਾਂ ਇਹ ਕਹੇ ਕਿ ਜਰੰਦਰ ਲੂੰਗੀਆਂ ਉਹਨਾਂ ਨੇ ਵੀ ਇਹ ਕਿਹਾ ਤੁਸੀਂ ਵੀ ਕਹੇ ਤਾਂ ਤੇ ਫਿਰ ਇੱਕ ਗੱਲ ਜਿਹੜੀ ਸੁਖਵੀਰ ਸਿੰਘ ਬਾਦਲ ਨੇ ਪਹਿਲਾਂ ਚੱਕੀ ਸੀ ਹਰਜੀ ਹਾਲ ਤੱਕ ਉਹ ਕਾਲੂ ਖਤਰਨਾਕ ਹੈ گورنر ਸਾਹਿਬ ਦੇ ਹੱਥ ਕੁਛ ਨਹੀਂ ਜੇ ਹੋਵੇ ਜਿਵੇਂ ਲੈਫਟੇਨੈਂਟ ਜਨਰਲ ਲੈਫਟੇਡ ਗਵਰਨਰ ਦਿੱਲੀ ਨੇ ਕੀਤਾ ਉਹੋ ਕਮਾ ਸਕਦੇ ਨੇ ਪੰਜਾਬ ਸਰਕਾਰ ਨੂੰ ਉਹ ਹੈ ਐਕਸਾਈਜ਼ ਨੀਤੀ ਦੀ ਐਕਸਾਈਜ਼ ਪਾਲਿਸੀ ਜਿਹੜੀ ਦਿੱਲੀ ਵਾਲੀ ਉਹ ਉੱਥੇ ਲਾਗੂ ਹੈ ਇਹ ਸਭ ਤੋਂ ਪਹਿਲਾਂ ਸੁਵੀਤ ਸਿੰਘ ਬਾਦਲ ਨੇ ਚੱਕੀ ਸੀ ਕੱਲ ਫਿਰ ਜਿਹੜਾ ਅਕਾਲੀ ਜੰਦਾ ਬਫਤ ਮਿਲ ਕੇ ਆਇਆ ਉਹਨਾਂ ਨੇ ਫਿਰ ਚੱਕੀ ਹੈ ਹਾਂ ਇੱਕ ਗੱਲ ਮੈਂ ਮੰਨਦਾ ਚੰਗੀ ਕੀਤੀ ਹੈ ਕਿਉਂਕਿ ਮੈਂ ਵੀ ਬਹੁਤ ਵਾਰ ਕਿਹਾ ਹੈ ਕਿ ਤੁਸੀਂ ਬੋਲਦੇ ਕਿਉਂ ਨਹੀਂ ਭਾਈ ਚੰਡੀਗੜ੍ਹ ਨਗਰ ਨਿਗਮ ਨੇ ਜਿਵੇਂ ਪਾਰਕਿੰਗ ਦੇ ਮਸਲੇ ਤੇ ਪੰਜਾਬ ਨਾਲ ਬਿਤਕਰਾ ਸ਼ੁਰੂ ਕੀਤਾ ਹੈ ਚੰਡੀਗੜ੍ਹ ਉਹ ਸਮਝਦੇ ਨੇ ਕਿ ਚੰਡੀਗੜ੍ਹ ਦਾ ਚੰਡੀਗੜ੍ਹ ਹੈ ਉਹ ਤਾਂ ਕੋਈ ਆਈਲੈਂਡ ਹੈ ਪੰਜਾਬ ਦਾ ਤੇ ਕੋਈ ਹੱਕ ਨਹੀਂ ਪੰਜਾਬ ਦਾ ਜੇ ਕੋਈ ਕਾਰਜ ਆ ਉਹਨੂੰ ਦੁੱਗਣਾ ਪੈਸਾ ਦੇਣਾ ਪਰ ਉੱਥੇ ਖੜਨ ਦਾ ਵੀ ਅਜ ਉਹ ਖੜਨ ਦਾ ਫਿਰ ਐਂਟਰੀ ਦਾ ਵੀ ਪੈਸਾ ਲੈ ਲੈਣਗੇ ਕਿਸੇ ਟਾਈਮ ਹੁਣ ਜੇ ਪਾਰਕਿੰਗ ਚ ਦੁੱਗਣਾ ਲੈ ਰਹੇ ਨੇ ਤੇ ਇਹ ਮਸਲਾ ਠਾਇਆ ਔਰ ਇਹ ਬਸਰਾ ਸਹੀ ਥਾਂ ਤੇ ਠਾਇਆ ਅਕਾਲੀਆਂ ਨੇ ਕੱਲ ਕਿ ਪਾਰਕਿੰਗ ਦੀ ਜਿਹੜੀ ਫੀਸ ਹੈ ਇਹਦਾ ਮਸਲਾ ਉਹਨਾਂ ਨੂੰ ਕਹੋ ਵੀ ਇਹ ਗਲਤ ਗੱਲਾਂ ਕਰਨ ਤੋਂ ਐਸੀ ਮੰਗਾ ਲੈ ਕੇ ਗਏ ਨੇ ਕੌਣ ਕੌਣ ਗਿਆ ਸੀ ਉਹਨਾਂ ਚ ਗਏ ਸੀ ਪ੍ਰਿੰਸ ਸਿੰਘ ਚੰਦੂ ਮਾਦਰਾ ਵਿਕਰਮ ਸਿੰਘ ਮਜੀਠੀਆ ਸਰਜੀਤ ਸਿੰਘ ਰਖੜਾ ਡਾਕਟਰ ਸੁਖੀ ਇਹ ਵਾਪਸ ਮਿਲਿਆ ਸੀ ਸੋ ਇਹਨਾਂ ਨੇ ਜੇ ਮੈਂ ਇਹ ਕਹਿ ਸਕਦਾ ਕਿ ਗਵਰਨਰ ਸਾਹਿਬ ਨੂੰ ਮੰਗਾ ਠੀਕ ਰੱਖਿਆ ਨੇ ਪ੍ਰੈਸ ਦੇ ਵਿੱਚ ਵੀ ਆ ਗਈਆਂ ਜਿਵੇਂ ਪ੍ਰੈਸ ਰਿਪੋਰਟ ਜਰਨਲਿਜ਼ਮ ਵੀ ਹੋ ਗਿਆ ਔਰ ਪ੍ਰੈਸ ਰਿਪੋਰਟ ਪੋਲਿਟਿਕਸ ਵੀ ਹੋ ਗਈ ਪਰ ਚਾਹੀਦਾ ਤਾਂ ਇਹ ਹੈ ਕਿ ਲੋਕਾਂ ਨੂੰ ਪਤਾ ਲੱਗੇ ਕਿ ਇਹ ਅਕਾਲੀ ਦਲ ਸਹੀ ਕੁਝ ਕਰਨ ਦੀ ਸਥਿਤੀ 'ਚ ਹੈ ਹਾਲ ਦੀ ਘੜੀ ਤੱਕ یوں ਲੱਗਣ ਲੱਗ ਗਿਆ ਕਿ ਅਕਾਲੀਆਂ ਦੀ ਆਪਣੀ ਸਥਿਤੀ ਉਸ ਤਰ੍ਹਾਂ ਦੀ ਨਹੀਂ ਰਹੀ ਮੈਨੂੰ ਤਾਂ ਇੱਕ ਬਹੁਤ ਵਧੀਆ ਗੱਲ ਲੱਗੀ ਕੱਲ ਕਿਸੇ ਬੰਦੇ ਦੀ ਕਹਿੰਦੇ ਸਖਵੀਰ ਸਿੰਘ ਬਾਦਲ ਇਹ ਕਹਿੰਦੇ ਨੇ ਕਿ ਤੁਸੀਂ ਸਾਡੇ ਪੰਥਕ ਮਸਲਿਆਂ ਚ ਦਖਲ ਦੰਨੇ ਹੋ ਉਹ ਕਹਿੰਦੇ ਕਦੇ ਤੋਂ ਸ਼੍ਰੋਮਣੀ ਅਕਾਲੀ ਦਲ ਪੰਥਕ ਰਹਿ ਗਿਆ ਜੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਨੇ ਸਿੱਖ ਉਹ ਜਥੇਬੰਦੀਆਂ ਨੂੰ ਪੰਥਕ ਧਰਾਂ ਕਹਿੰਦੇ ਅਸੀਂ ਇਹ ਪੰਥਕ ਧਰ ਤਾਂ ਰਹੀ ਦੀ ਹੈ ਪੰਥਕ ਧਰ ਤਾਂ ਉਹ ਨੇ ਜਿਹੜੇ ਮੰਗ ਕਰਦੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਕਿ ਆਪਾਂ ਇਹਨਾਂ ਨੇ ਸ਼੍ਰੋਮਣੀ ਕਮੇਟੀ ਤੇ ਕਬਜ਼ਾ ਕੀਤਾ ਹੋਇਆ ਹੈ ਔਰ ਤੇ ਜਲਦੀ ਚੋਣਾ ਹੋਣੀ ਚਾਹੀਦੀਆਂ ਨੇ ਪੰਥਕ ਤੇਰਾ ਇਕੱਠੀਆਂ ਹੋ ਕੇ ਲੜਨਗੀਆਂ ਇਹ ਪੰਥਕ ਤੇਰ ਥੋੜੀ ਹੈ ਕਰ ਗਲਤਾਂ ਜਿਵੇਂ ਵੀ ਹੈ ਕਿਤੇ ਨਾ ਕਿਤੇ ਇਹ ਗੱਲ ਇਸ਼ਾਰਾ ਕਰਦੀ ਹੈ ਕਿ ਸ਼ਰੋਮਨੀ ਅਕਾਲੀ ਦਲ ਥੋੜਾ ਜਿਆ ਹੋਰ ਪਿੱਛੇ ਨੂੰ ਹਾਲ ਦੀ ਘਟੀ ਜਾ ਰਿਹਾ ਹੈ ਕਿਉਂਕਿ ਬੀਬੀਆਂ ਨਹੀਂ ਕਾਬੂ ਆ ਰਹੀਆਂ ਜਿਹੜੀਆਂ ਸ਼ਰੋਮਨੀ ਅਕਾਲੀ ਦਲ ਇਸਤਰੀ ਦਾ ਅਕਾਲੀ ਦਲ ਹੈ ਜਦੋਂ ਦਾ ਹਰ ਗੋਬਿੰਦ ਕੌਰ ਨੂੰ ਬਨਾਇਆ ਪ੍ਰਦਾਨ ਤੇ ਬੀਬੀਆਂ ਦਾ ਹੋ ਗਿਆ ਵਿਰੋਧ ਸ਼ੁਰੂ ਤੇ ਵਿਰੋਧ ਲਗਾਤਾਰ ਵੱਧ ਰਿਹਾ ਹੈ ਔਰ ਹੁਣ ਤਾਂ ਦੇਖੋ ਹਰਪ੍ਰੀਤ ਮਖਵੈਲਪੁਰ ਉਹ ਬਾਦਲਾਂ ਦੀ ਰਿਸ਼ਤੇਦਾਰ ਨਹੀਂ ਇਹ ਅਜੈਬ ਸਿੰਘ ਮਖਵੈਲਪੁਰ ਰਿਸ਼ਤੇਦਾਰ ਸੀ ਤਾਂ ਹੀ ਤਾਂ ਇਹਨਾਂ ਨੂੰ ਪਟਿਆਲੇ ਤੋਂ ਘਨੌਰ ਤੋਂ ਤੇਜਿੰਦਰਪਾਲ ਸੰਧੂ ਦਾ ਹੱਕ ਕੋ ਕਿਉਂ ਦਿੱਤਾ ਸੀ ਉਹਨੂੰ ਕੱਢਿਆ ਸੀ ਬਾਹਰ ਤੇ ਹੁਣ ਉਹ ਵੀ ਹਰਪ੍ਰੀਤ ਕੌਰ ਵੀ ਐਮਐਲਏ ਵੀ ਰਹੀ ਹੈ ਬੀਬੀ ਪਰਵਜੀਤ ਕੌਰ ਐਸਜੀਪੀਸੀ ਦੀ ਲਾਂਡਰਾਂ ਮੈਂਬਰ ਹੈ ਕਿਰਨਜੀਤ ਕੌਰ ਤੋਂ ਮਾਸਟਰ ਤਾਰਾ ਸਿੰਘ ਦੀ ਦੋਤੀ ਹੈ ਸਾਰੇ ਜਿਹੜੇ ਨਾਮ ਵਾਲੇ ਬੀਬੀਆਂ ਨੇ ਉਹ ਹੁਣ ਬਗਾਵਤ ਤੇ ਤੁੜੀਆਂ ਹੋਈਆਂ ਨੇ ਔਰ ਦੂਜੇ ਪਾਸੇ ਜਿਹੜੀ ਹੈ ਅਕਾਲੀ ਦਰ ਪਹਿਲਾਂ ਹੀ ਹੁਣ ਤਾਂ ਉਹਨਾਂ ਨੇ ਕਹਿਣਾ ਵੀ ਸ਼ੁਰੂ ਕਰਤਾ ਕਿ ਤੁਸੀਂ ਦੇਖਿਓ ਫਿਰ ਜੋ ਹਾਲ ਹੁਣ ਹੋਇਆ ਇਹ ਦੁਬਾਰਾ ਹਾਲ ਹੋ ਜੂ ਜੇ ਤੁਸੀਂ ਨਾ ਮੰਨੇ ਯਾਨੀ ਉੱਥੇ ਹਾਲ ਪੰਥਕ ਧਿਰਾਂ ਅਲੱਗ ਤੇ ਅਕਾਲੀ ਦਲ ਜਿਹੜਾ ਪਿੱਛੇ ਨੂੰ ਲੇਕਿਨ ਅਕਾਲੀ ਦਲ ਰਿਵਾਈਵ ਕਦੋਂ ਕਰੂ ਬਹੁਤ ਵਾਰ ਗੱਲ ਕੀਤੀ ਹੈ ਜਦੋਂ ਇਹ ਟਵੀਟ ਪੋਲਿਟਿਕਸ ਤੇ ਪ੍ਰੈਸ ਨੋਟ ਪੋਲਿਟਿਕਸ ਤੋਂ ਉੱਪਰ ਉੱਠ ਕੇ ਸੜਕ ਤੇ ਪੋਲਿਟਿਕਸ ਕਰੂ ਜ਼ਮੀਨੀ ਤੌਰ ਤੇ ਗੱਲ ਕਰੂ ਤੇ ਉਦੋਂ ਹੋ ਖੈਰ ਖਬਰਾਂ ਦਾ سلسلہ ਪੰਜ جاری ਰੱਖਣਾ ਤੀਜੇ ਹਿੱਸੇ ਦੇ ਵਿੱਚ ਲੇਕਿਨ ਬਹੁਤ ਅਹਿਮ ਖਬਰਾਂ ਉਹਦੇ ਲਈ ਨੇ ਜਿਹੜੀਆਂ ਜਿਵੇਂ ਸਾ ਤੁਸੀਂ ਅੱਜ 11 ਵਜੇ ਦੇਖਦੇ ਹੋ ਅੱਜ ਦੇ ਦਿਨ ਤੋਂ ਮਨਪ੍ਰੀਤ ਸਿੰਘ ਬਾਦਲ ਜਿਹੜੇ ਨੇ ਉਹਨਾਂ ਨੇ ਸੱਚਮੁੱਚ ਹੀ ਕਿਤੇ ਨਾ ਕਿਤੇ ਮਨਪ੍ਰੀਤ ਸਿੰਘ ਬਾਦਲ ਨੂੰ ਵੈਸੇ ਜੇ ਬਿਜ਼ਨਸ ਨੇ ਬੁਲਾਈ ਲਿਆ ਸੀ ਤਾਂ ਥੋੜਾ ਸ਼ਾਂਤ ਹੋ ਕੇ ਰਹਿਣਾ ਚਾਹੀਦਾ ਸੀ ਉਹਨਾਂ ਨੇ ਜਿਹੜਾ ਪ੍ਰੈਸ ਕਾਨਫਰੰਸ ਕਰਕੇ ਹੋਰ ਵੀ ਕਈ 프ਰੰਟ ਕੋਡ ਲਏ ਤੇ ਹੁਣ ਤਾਂ ਮੀਡੀਆ ਦੀ ਇੱਕ ਰਿਪੋਰਟ ਦੇਖ ਰਿਹਾ ਸੀ ਜਿਹਦੇ ਚ ਕਾਫੀ ਕੁਝ ਸਪਸ਼ਟ ਹੁੰਦਾ ਲੱਗਦਾ ਹੈ ਕੇ ਕਟੋ-ਕਟੇ ਪਲਾਟ ਜਿਹੜੇ ਦੋ ਇਕੱਠੇ ਕੀਤੇ ਰੇਣਾ ਇੱਚ ਸਿਰਫ ਇਹ ਹੀ ਹੋਈ ਐ ਪੂਰੀ ਡਿਟੇਲ ਆਪਾਂ ਅਗਲੇ ਹਿੱਸੇ 'ਚ ਲੈਣੇ ਆ ਤੇ ਨਾਲ ਆਪਾਂ ਖਬਰ ਇਹ ਵੀ ਲੈਣੀ ਐ ਕਿ ਸਿਰਫ 1500 ਕਰੋੜ ਮੰਗਿਆ ਹੈ ਹੜਾਂ ਦਾ ਜਿਹੜਾ ਖਰਚਾ ਕੇਂਦਰ ਤੋਂ 19 ਜ਼ਿਲ੍ਹਿਆਂ ਦੇ 1475 ਪਿੰਡ ਇੱਥੇ ਸ਼ਹਿਰੀ ਲੋਕ ਇਹ ਕਹਿੰਦੇ ਨੇ ਸਾਡਾ ਵੀ ਨੁਕਸਾਨ ਹੋਇਆ ਸਾਡੇ ਬਾਰੇ ਤੁਸੀਂ ਸੋਚਿਆ ਨਹੀਂ ਸਾਡਾ ਜੀ ਤੁਸੀਂ ਕੋਈ ਅਸੈਸਸ ਕਰਨਾ ਕਿੰਨਾ ਇਨਕਸਾਰ ਹੋਇਆ ਜਿੰਨਾ ਹੁਣ ਪਟਿਆਲੇ ਚ ਇਹਨਾਂ ਨੁਕਸਾਨ ਹੋਇਆ ਉਹਦਾ ਕਿਤੇ ਜ਼ਿਕਰ ਨਹੀਂ ਪਿੰਡਾਂ ਦੀ ਗੱਲ ਕੀਤੀ ਹੈ 1500 ਕਰੋੜ ਦੀ ਗੱਲ ਕੀਤੀ ਹੈ ਇਹ ਵੀ ਗੱਲ ਕਰਾਂਗੇ ਭਾਈ ਧਿਆਨ ਸਿੰਘ ਮੰਡ ਫੇਰ ਕਹਿੰਦੇ ਮੈਂ ਇੱਕ ਵਾਰੀ ਫੇਰ ਤੁਹਾਨੂੰ ਸੱਦਾ ਦਿੰਦਾ ਤੁਸੀਂ ਮੈਨੂੰ ਮਿਲੋ ਜਥੇਦਾਰ ਰਗਵੀਰ ਸਿੰਘ ਜੀ 29 ਨੂੰ ਤਾਂ ਤੁਸੀਂ ਮਿਲਣੀ ਇਹ ਵੀ ਗੱਲ ਕਰਾਂਗੇ ਔਰ ਮਾਨ ਸਾਹਿਬ ਸਿਮਰਜੀਤ ਸਿੰਘ ਮਾਨ ਦੀ ਗੱਲ ਕਰਾਂਗੇ ਉਹ ਕਹਿੰਦੇ ਸਾਡੀ ਜਿਹੜੀ ਪੈਨਸ਼ਨ ਹੈ ਉਸ 70 ਲੈਵਲ ਤੋਂ ਉੱਤੇ ਹੋਣੀ ਚਾਹੀਦੀ ਹੈ ਜਿਹੜਾ ਗਵਰਨਮੈਂਟ ਆਫ ਇੰਡੀਆ ਦਾ ਸੈਕਟਰੀ ਹੁੰਦਾ ਹੈ ਉਹਦੀ ਵੀ ਗੱਲ ਕਰਨੀ ਹੈ ਤੇ ਨਾਲ ਆਪਾਂ ਗੱਲ ਕਰਨੀ ਹੈ ਸਰਿੰਦਰ ਸਿੰਘ ਸਿੰਦਾ ਸਰਿੰਦਰ ਸਿੰਦਾ ਜਿਹੜੇ ਹੈ ਉਹਨਾਂ ਦਾ ਕੱਲ ਲੁਧਿਆਣੇ ਸੰਸਕਾਰ ਹੋਇਆ ਉਹਦਾ ਜ਼ਿਕਰ ਕਰਾਂਗੇ ਤੇ ਫਿਰ ਹਰ ਰੋਜ਼ ਆਪਾਂ ਪਹਿਲੀ ਖਬਰ ਦੇ ਤੌਰ ਤੇ ਜਿਸ ਨੂੰ ਦੇਖਦੇ ਆ ਮੰਨੀਪੁਰ ਹਿੱਸਾ ਉਹਦਾ ਜ਼ਿਕਰ ਵੀ ਕਰਨਾ ਹੈ ਕਿ ਮਨੀਪੁਰ ਚ ਇੰਡੀਆ ਗਿਆ ਵਿਰੋਧੀ ਧਿਰਾਂ ਗਈਆਂ 26 ਤੇ ਉਹਨਾਂ ਨੇ ਜਾ ਕੇ ਉੱਥੇ ਜਿਹੜੀ ਹੈ ਲੋਕਾਂ ਨਾਲ ਪੀੜਤਾਂ ਨਾਲ ਗੱਲਬਾਤ ਕੀਤੀ ਹੈ ਇਹ ਸਾਰੀਆਂ ਖਬਰਾਂ ਆਪਾਂ ਲਵਾਂਗੇ ਅਗਲੇ ਹਿੱਸੇ ਦੇ ਵਿੱਚ ਜਿਹੜਾ ਤੁਸੀਂ 11 ਵਜੇ ਐਤਵਾਰ ਨੂੰ 11 ਵਜੇ ਹੁੰਦਾ ਤੇ ਦੂਜਾ ਤੁਸੀਂ ਜਿਹੜਾ YouTube ਤੇ Facebook ਤੇ ਹਮੇਸ਼ਾ ਸਾਡੇ ਨਾਲ ਜੁੜੇ ਰਹਿ ਸਕਦੇ ਹੋ ਪਿਆਰੇ ਦਰਸ਼ਕੋ ਮੈਂ ਗੱਲ ਕਰ ਰਿਹਾ ਸੀ ਕਿ ਇੰਡੀਆ ਜਿਹੜਾ ਗੱਠ ਜੋੜ ਹੈ 26 ਦਲਾਂ ਦਾ ਉਹਦੇ ਚੋਂ 21 ਮੈਂਬਰ ਇੰਡੀਆ ਦੇ ਉਹ ਮਨੀਪੁਰ ਗਏ ਉੱਥੇ ਜਾ ਕੇ ਜਿਹੜੇ ਪੀੜਤ ਨੇ ਖਾਸ ਤੌਰ ਤੇ ਪੀੜਤ ਔਰਤਾਂ ਨਾਲ ਜਾ ਕੇ ਗੱਲਬਾਤ ਕੀਤੀ ਔਰ ਉਸ ਦੀ ਜਾਂਚ ਕੀਤੀ ਔਰ ਇਹ ਤਾਂ ਪਤਾ ਹੀ ਹੈ ਕਿ ਸਰਕਾਰ ਤੇ ਲਗਾਤਾਰ ਦਬਾਅ ਬਣਾ ਰਹੇ ਨੇ ਔਰ ਦਬਾਅ ਜਿਆਦਾ ਬਣਾਇਆ ਜਾ ਰਿਹਾ ਹੈ ਕਿ ਮੋਦੀ ਸਾਹਿਬ ਭਾਸ਼ਣ ਦੇਣ ਵੀਰੇ ਪਰੋਸਕੀ ਦਾ ਮਤਾ ਜਿਹੜਾ ਹੈ ਹੁਣ ਸਵੀਕਾਰ ਕਰ ਲਿਆ ਬੋਦੀ ਸਾਹਿਬ ਬੋਲ ਹੀ ਰਹੇ ਸੀ ਤੇ ਇਸ ਕਰਕੇ ਹੁਣ ਉਹਨਾਂ ਨੂੰ ਭਾਸ਼ਣ ਵੀ ਦੇਣਾ ਪਏਗਾ ਤੋਂ ਉੱਥੇ ਗਏ ਗੱਲ ਕੀਤੀ ਮੈਂ ਦੇਖ ਰਿਹਾ ਸੀ ਕਿ ਉਥੋਂ ਦੀਆਂ ਔਰਤਾਂ ਨੇ ਰੋ ਰੋ ਕੇ ਇਹਨਾਂ ਨੂੰ ਆਪਣੀ ਵਿਥਿਆ ਸਨਾਈ ਉਥੇ ਔਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਮੁੱਖ ਮੰਤਰੀ ਵੀਰੇਂਦ ਸਿੰਘ ਜੋ ਮਰਜ਼ੀ ਕਹੀ ਜਾਣ ਲੇਕਿਨ ਹੁਣ ਉਹਨਾਂ ਤੇ ਕਾਫੀ ਜ਼ਿਆਦਾ ਉnder theonomy ਹੋ ਚੁੱਕੀ ਹੈ ਇਸ ਮਸਲੇ ਨੂੰ ਢਾਕੇ ਪਰ ਕਿਉਂਕਿ ਡਬਲ ਇੰਜਨ ਦੀ ਸਰਕਾਰ ਹੈ ਤੇ ਆਪਦੇ ਇੰਜਨ ਨੂੰ ਬਚਾ ਕੇ ਰੱਖਿਆ ਜੇ ਇਹੀ ਮਸਲਾ ਕਿਤੇ ਨੋਨ ਬੀਜੇਪੀ ਦੀ ਸਰਕਾਰ ਹੁੰਦੀ ਉਹਨੂੰ ਉੱਥੇ ਰਾਸ਼ਟਰਪਤੀ ਰਾਜ ਲਾਗੂ ਹੋਇਆ ਹੁੰਦਾ ਸੀ ਲੇਕਿਨ 3 ਮਈ ਨੂੰ ਕਹਿ ਲਈਏ 3 ਮਈ ਤੋਂ ਜਿਹੜੀ ਹਿੰਸਾ ਪਟਕੀ ਹੋਈ ਹੈ ਹਾਲੇ ਤੱਕ ਕੰਟਰੋਲ 'ਚ ਨਹੀਂ ਹੋਈ 21 ਮੈਂਬਰ ਜਿਹੜੇ ਗਏ ਨੇ ਉਹਨਾਂ ਨੇ ਹਾਲ ਦੀ ਘੜੀ ਅਦੀਰ ਰੰਜਨ ਚੌਧਰੀ ਜਿਹੜੇ ਕਾਂਗਰਸ ਦੇ ਨੇ ਉਹਨਾਂ ਦੀ ਸਟੇਟਮੈਂਟ ਸਮਝੋ ਵੀ ਉਹੀ ਗੱਲ ਉਹਨਾਂ ਨੇ ਕਹੀ ਹੈ ਕਿ ਇਹਦਾ ਇੱਕ ਸ਼ਾਂਤੀਪੂਰਨ ਹੱਲ ਜਿਹੜਾ ਹੈ ਉਹ ਹੋਣਾ ਚਾਹੀਦਾ ਹੈ ਸ਼ਾਂਤੀ ਤਾਂ ਤਾਂ ਆਉਗੀ ਜੇ ਮਥਈ ਤੇ ਜਿਹੜੇ ਕੁੱਕੀ ਭਾਈਚਾਰਾ ਉਹ ਉਹਨਾਂ ਦੀ ਆਪ ਵਿਚ ਗੱਲ ਹੋ ਮਥਈ ਤੇ ਕੁੱਕੀ ਕਿਉਂਕਿ ਬਿਲਕੁਲ ਗੁਜਰਾਤ ਮਾਡਲ ਹੈ ਨਾ ਮਥਈ ਸਾਰੇ Hindu ਭਾਈਚਾਰਾ ਹੈ ਕੁੱਕੀ ਇਹਦੀ ਮжоਰਿਟੀ ਇਸਾਈਆਂ ਦੀ ਹੈ ਇਸੇ ਕਰਕੇ ਸਾਰੀ ਦੁਨੀਆ ਚ ਇਸਾਈ ਜਿਹੜੇ ਕ੍ਰਿਸਚੀਅਨਸ ਨੇ ਉਹ ਇਸ ਲੈਵਲ ਤੇ ਪ੍ਰਦਰਸ਼ਨ ਵੀ ਕਰ ਰਹੇ ਨੇ ਕਲੰਬਰਸਰ ਦੇ ਵਿੱਚ ਵੀ ਇਸਾਈਆਂ ਵੱਲੋਂ ਪ੍ਰਦਰਸ਼ਨ ਹੋਇਆ ਇਸ ਮਸਲੇ ਨੂੰ ਲੈ ਕੇ ਜਿਹੜੀ ਇਹ ਮਸਲਾ ਨਸਲੀ ਧਾਰਮਿਕ ਹਿੰਸਾ ਦਾ ਹੈ ਤੇ ਧਾਰਮਿਕ ਸਦਭਾਵਨਾ ਜਿੰਨਾ ਚਿਰ ਨਹੀਂ ਬਣਦੀ ਇਹ ਮਸਲਾ ਉਨਾ ਚਿਰ ਹੱਲ ਨਹੀਂ ਹੁੰਦਾ ਵੈਸੇ ਸੀਬੀਆਈ ਨੇ ਜਾਂਚ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਹੈ ਤੇ सीबीआई ਦੀ ਜਾਂਚ ਤੇ ਕਿੰਨਾ ਕੁ ਭਰੋਸਾ ਕਰਨਗੇ ਕਿਉਂਕਿ सीबीआई ਜਿਹੜੀ ਹੈ ਉਹ ਵੀ ਤਾਂ ਕੇਂਦਰ ਦੀ ਜਿਹੜੀ ਹੈ ਏਜੰਸੀ ਹੈ ਤੇ ਕਿੰਨਾ ਕੁ ਕੁਕੀ ਭਾਈਚਾਰਾ ਉੱਤੇ ਭਰੋਸਾ ਕਰੂ ਜਾਂ ਕਿੰਨੀ ਕੁ ਨਿਰਪੱਖ ਉਹ ਕਾਰਵਾਈ ਕਰਨਗੇ ਇਹ ਤਾਂ ਸਮਾਂ ਦੱਸੂ ਹਾਲ ਦੀ ਘੜੀ ਇਹ ਗੱਲ ਚੱਲ ਰਹੀ ਹੈ ਬਹੁਤ ਸਾਰੀਆਂ ਗੱਲਾਂ ਉਦੋਂ ਨਿਕਰ ਕੇ ਸਾਹਮਣੇ ਆਉਣਗੀਆਂ ਜਦੋਂ ਲੋਕ ਸਭਾ ਤੇ ਰਾਜ ਸਭਾ 'ਚ ਬਹਿਸ ਹੋਏਗੀ ਪ੍ਰਧਾਨ ਮੰਤਰੀ ਸਾਡੇ ਨਰਿੰਦਰ ਮੋਦੀ ਸਾਹਿਬ ਜਿਹੜਾ ਕੋਈ ਵੀ ਮੌਕਾ ਨਹੀਂ ਛੱਡਦੇ ਅੱਜ ਕੱਲ ਕਿਉਂਕਿ 24 ਤੋਂ ਪਹਿਲਾਂ ਉਹਨਾਂ ਨੂੰ ਕੋਈ ਨਾ ਕੋਈ ਮੋਲਣ ਦਾ ਮੌਕਾ ਚਾਹੀਦਾ ਸਿਰਫ ਉੱਥੇ ਹੀ ਨਹੀਂ ਬੋਲਦੇ ਜਿੱਥੇ ਉਹਨਾਂ ਨੂੰ ਲੱਗਦਾ ਹੈ ਕਿ ਇਹ ਬੋਲਣ ਦਾ ਨੁਕਸਾਨ ਹੋ ਹੁਣ ਜੇ ਮੈਂ ਕੀ ਬੋਲਾਂ ਹੁਣ ਮਨੀਪੁਰ ਤੇ ਕੀ ਬੋਲਣ ਹੋ ਕਹੀ ਤਾਂ ਜਾਂਦੀ ਹੈ ਨਾ ਆਪੋਜੀਸ਼ਨ ਕਿ ਵੀ ਉਹ ਬੋਲਦੇ ਨਹੀਂ ਕੀ ਬੋਲਣ ਹੋ ਤੇ ਨਾਲੇ ਲੋਕ ਸਭਾ ਚ ਜੇ ਬੋਲਣਗੇ ਤਾਂ ਰਿਕਾਰਡ ਦਾ ਹਿੱਸਾ ਬਣੂਗਾ ਲੇਕਿਨ ਉਹ ਕੱਲ ਉਹ ਬੋਲੇ ਅਧ்கਾਟਨ ਸੀ ਭਾਰਤੀ ਸਿੱਖਿਆ ਦਾ ਇੱਕ ਸਮਾਗਮ ਸੀ ਤੇ ਉਥੇ ਉਹਨਾਂ ਨੇ ਜਿਹੜੀ ਨਵੀਂ ਸਿੱਖਿਆ ਨੀਤੀ ਦੀ ਗੱਲ ਕੀਤੀ ਉਹਦੇ 'ਚ ਜਿਹੜਾ ਇੱਕ ਨੁਕਤਾ ਉਹਨਾਂ ਦਾ ਹੈ ਬੜਾ ਵਧੀਆ ਜੇ ਸੱਚਮੁੱਚ ਹੀ ਉਹ ਸਹੀ ਹੋਵੇ ਕਹਿੰਦੇ ਹਰ ਭਾਸ਼ਾ ਦੀ ਅਸੀਂ ਉਹਦੇ 'ਚ ਨਵੀਂ ਸਿੱਖਿਆ ਨੀਤੀ 'ਚ ਉਹਨੂੰ ਸਤਿਕਾਰ ਦੇਣਾ ਉਹਨੂੰ ਬਣਦਾ ਸਥਾਨ ਦੇਣਾ ਉਹਦਾ ਬਣਦਾ ਸਨਮਾਨ ਦੇਣਾ ਕਹਿਤਾ ਇਹ ਰਹੇ ਲੇਕਿਨ ਬਹੁਤ ਥਾਵਾਂ ਤੇ ਅਸੀਂ ਦੇਖ ਰਹੇ ਹਾਂ ਕਿ ਹਿੰਦੀ ਨੂੰ ਜਿਹੜਾ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਵਿਰੋਧ ਵੀ ਹੁੰਦਾ ਹੈ ਆ ਤਾਮਨ ਲਾਡੂ ਚ ਆਪਾਂ ਦੇਖਿਆ ਨਹੀਂ ਦਹੀਂ ਦੇ ਪੈਕਟ ਤੇ ਦਹੀਂ ਲਿਖਤਾ ਹਿੰਦੀ ਚ ਇਹ ਤਾਂ ਹੁਣ ਸਟਾਲਨ ਵਰਗੇ ਬੰਦੇ ਉੱਥੇ ਬੈਠੇ ਨੇ ਇਸੇ ਕਰਕੇ ਤਾਂ ਕਹਿੰਦੇ ਆ ਜਿਹੜੇ ਲੋਕ ਕਹਿੰਦੇ ਨੇ ਪੰਜਾਬ ਚ ਇੱਕ ਖੇਤਰੀ ਪਾਰਟੀ ਚਾਹੀਦੀ ਹੈ ਇਹ ਹੈ ਤੇ ਖੇਤਰੀ ਪਾਰਟੀ ਦਾ ਜਦੋਂ ਸਟਾਲਨ ਨੇ ਵਿਰੋਧ ਕੀਤਾ ਉਹਨਾਂ ਨੂੰ ਕੱਟਣਾ ਪਿਆ ਪੰਜਾਬ 'ਚ ਇਹ ਗੱਲ ਨਹੀਂ ਹੋਈ ਕਿ ਪੰਜਾਬ ਚ ਉਹਨੂੰ ਕੋਈ ਇਹ ਨਹੀਂ ਸੁਣਦਾ ਹੀ ਨਹੀਂ ਤੇ ਜਿਹੜੇ ਖੇਤਰੀ ਪਾਰਟੀ ਹੁੰਦਾ ਦਾਅਵਾ ਕਰਦੇ ਨੇ ਸ਼ਰੋਮੀ ਅਕਾਲੀ ਦਲ ਉਹ ਜਦੋਂ ਇਹਨਾਂ ਦੇ ਨਾਲ ਰਹੇ ਉਸ ਤੋਂ ਬਾਅਦ ਉਹਨਾਂ ਦੀ ਕ੍ਰੈਡਿਬਿਲਟੀ ਵੀ ਖਤਮ ਹੋ ਗਈ ਤੇ ਜੋਰ ਵੀ ਖਤਮ ਹੋ ਗਿਆ ਇਹ ਤਾਂ ਸਾਰੇ ਕਹਿੰਦੇ ਨੇ ਕਿ ਜਿਹੜਾ ਭਾਰਤੀ ਜਨਤਾ ਪਾਰਟੀ ਨਾਲ ਅਲਾਈਂਸ ਕਰ ਗਿਆ ਉਹ ਪਾਰਟੀ ਨੂੰ ਖਾ ਜਾਂਦੀ ਹੈ ਵੱਡੀ ਪਾਰਟੀ ਹੈ ਤੇ ਜਿਹੜਾ ਸਮੁੰਦਰ ਹੁੰਦਾ ਨਾ ਉਹ ਨਵੀਆਂ ਤਾਂ ਉਹਦੇ ਚ ਸਮਾਈ ਜਾਂਦੀਆਂ ਨੇ ਇਸੇ ਕਿਸਮ ਦੀ ਗੱਲ ਆ ਖੈਰ ਉਹਨਾਂ ਨੇ ਇਹ ਗੱਲ ਉੱਥੇ ਕਹੀ ਆਪਾਂ ਇੱਕ ਗੱਲ ਕੀਤੀ ਸੀ ਮਨਪ੍ਰੀਤ ਸਿੰਘ ਬਾਦਲ ਦੀ ਦੇਖੋ ਮਨਪ੍ਰੀਤ ਸਿੰਘ ਬਾਦਲ ਜੋ ਮਰਜੀ ਕਹਿ ਮਨਪ੍ਰੀਤ ਸਿੰਘ ਬਾਦਲ ਨੇ ਕਈ ਗੱਲਾਂ ਦੇ ਵਿੱਚ ਆਪਣੇ ਆਪ ਨੂੰ ਦਾਗੀ ਕਰ ਲਿਆ ਸਭ ਤੋਂ ਵੱਡੀ ਤਾਂ ਹੈਰਾਨੀ ਉਦੋਂ ਹੋਈ ਸੀ ਜਦੋਂ ਪੰਜਾਬ ਦਾ ਖਾਲੀ ਖਜ਼ਾਨੇ ਦਾ ਖਜ਼ਾਨਾ ਮੰਤਰੀ ਇਹ ਮਨਪ੍ਰੀਤ ਸਿੰਘ ਬਾਦਲ سرکاری کوٹھی چھڈن لگے سرکاری سامان لے اور سرکاری سامان ਲੈਣ ਤੋਂ ਬਾਅਦ ਕਮਾਲ ਕਰਤੀ ਜਿਹੜੀ ਕਿ ਜੇ ਕੋ ਕਿਉਂ ਰੋਲਾ ਪਾਵੇਂ ਮੈਂ پیسے ਦੇ ਦਿੰਨੇ بڑی عجیب ਗੱਲ ਹੈ ਜਿਹਨੇ ਤੁਸੀਂ ਕਰਾਇਆ ਇਹ ਕ੍ਰਾਈਮ ਹੈ ਨਾ ਅਸੀਂ ਵੀ ਤਾਂ سرکاری کوਠੀਆਂ 'ਚ ਰਹੇ ਆ ਅਸੀਂ ਤਾਂ ਕਦੇ ਕੋਈ ਚੀਜ਼ ਜੇ ਚੱਕ ਲਈ ਮੰਨ ਲਓ ਜੇ ਮੈਂ ਇੱਕ سرکاری ਸਮਾਨ ਚੱਕ ਲਿਆ ਹਾਂ ਤਾਂ ਮੈਂ ਉਸ ਤੋਂ ਬਾਅਦ ਕਹਿੰਦਾ ਅੱਛਾ ਅੱਛਾ ਤੁਸੀਂ ਤਾਂ ਸਰਕਾਰੀ ਆ ਲੰਮੇ ਤੋਂ پیسے ਲੈ ਲਓ ਇਹ ਵੀ ਤੁਸੀਂ ਕ੍ਰਾਈਮ ਨਹੀਂ ਬਣਦੇ ਇਹਨੂੰ ਦਾਗੀ ਉਹਨਾਂ ਨੇ ਮੰਨਦੇ ਪਹਿਲਾਂ ਤਾਂ ਉਹ ਉਧਰ ਤੇ ਬੜਾ ਇਲਜ਼ਾਮ ਦੂਜਾ ਜਿਹੜੇ ਤੇ ਬਿਜ਼ਨਸ ਨੇ ਪੁੱਛਿਆ ਉਹਦੇ ਬਾਰੇ ਇੱਕ ਨੈਸ਼ਨਲ ਲੈਵਲ ਦੇ ਹਿੰਦੀ ਅਖਬਾਰ ਨੇ ਬਹੁਤ ਵੱਡੀ ਸਟੋਰੀ ਛਾਪੀ ਹੈ ਔਰ ਸਟੋਰੀ ਇਹ ਕਹਿੰਦੀ ਹੈ ਕਿ ਪਹਿਲੀ ਤਾਂ ਗੱਲ ਹੈ ਕਿ 10 ਦਿਨ ਦਿੱਤੇ ਕਿ ਇਹ ਇਸ ਪਲਾਟ ਜਿਹੜੇ ਦੋ ਲੈ ਗਏ ਨੇ ਬੀਡੀਏ ਦੇ ਬਟਿੰਡਾ ਡਿਵੈਲਪਮੈਂਟ ਅਥਾਰਟੀ ਦੇ ਉਹਦੀ ਕੋਈ ਅਸਿਆਰ ਨਹੀਂ ਦਿੱਤਾ ਜਣੀ ਬੋਲੀ ਹੋਣੀ ਐ ਕਿਹਦੀ ਬੋਲੀ ਹੋਣੀ ਐ ਕਿਹੜਾ ਪਲਾਟ ਨੰਬਰ ਐ ਕੋਈ ਪਤਾ ਨਹੀਂ ਜਣੀ ਪਲਾਟ ਨੰਬਰ ਤੋਂ ਬਿਨਾਂ ਹੀ ਆਨਲਾਈਨ ਬੋਲੀ ਕੁਛ ਨਹੀਂ ਦੱਸਿਆ ਫਿਰ 9ਵੇਂ ਦਿਨ 10 ਦਿਨ ਦਿੱਤੇ ਸੀ 9ਵੇਂ ਦਿਨ ਦੋ ਬੋਲੀਕਾਰ ਉੱਠਦੇ ਨੇ ਔਰ ਉਹਨਾਂ ਦਾ ਵੀ ਕੰਮ ਇੱਕ ਇਹਨਾਂ ਨੇ ਕਲੂ ਛੱਡਤਾ ਚੋਰ ਛੱਡ ਜਾਂਦਾ ਕੋਈ ਨਾ ਕੋਈ ਉਹ ਇਹ ਕਿ ਜਿਹੜਾ ਜਿੱਥੋਂ ਬੋਲੀ ਦਿੱਤੀ ਗਈ ਉਹਦਾ ਦੋ ਬੰਦਿਆਂ ਨੇ ਬੋਲੀ ਦਿੱਤੀ ਉਹਦਾ ਆਈਪੀ ਐਡਰੈਸ ਸੇਮ ਜਿਹੜੀ ਇੱਕੋ ਕੰਪਿਊਟਰ ਤੋਂ ਬੋਲੀ ਦਿੱਤੀ ਔਰ ਬੋਲੀ ਦਿੱਤੀ 25000 ਗਜ ਤੋਂ 25000 ਕੁਸ਼ ਰੁਪਏ 360 ਸ਼ਾਇਦ ਇੰਨੇ ਰੁਪਏ ਗਜ ਇਹ ਬੋਲੀ ਦਿੱਤੀ ਪਤਾ ਨਹੀਂ ਕਿਹੜੇ ਪਲਾਟਾਂ ਦਿੱਤੀ ਲੈ ਲੈ ਪਲਾਟ ਹੁਣ ਅਲਾਟਮੈਂਟ ਦੀ ਪੈਸਾ ਭਰਤਾ 68000 68 ਲੱਖ ਰੁਪਏ ਕਮਾਲ ਹੀ ਹੋਈ ਕਿ ਹਲੇ ਕੁਝ ਨਹੀਂ ਹੋਇਆ ਉਹ ਪਲਾਟ ਫਿਰ ਮਨਪ੍ਰੀਤ ਬਾਦਲ ਨੂੰ ਵੇਚਦੇ ਤੇ ਵੇਚੇ ਕਿੰਨੇ ਨੂੰ 16000 ਨੂੰ 25000 ਦੀ ਬੋਲੀ ਦੇ ਕੇ 16000 ਨੂੰ ਵੇਚਦੇ ਜਿਹੜੇ ਪਲਾਟਾਂ ਦਾ ਪਤਾ ਹੀ ਨਹੀਂ ਵੀ ਕਿਹੜੇ ਨੇ ਤੇ ਐਗੀਆਂ ਗੱਲਾਂ ਤੋਂ ਫਿਰ ਕਿਉਂ ਨਾ ਸ਼ੱਕ ਪਵੇ ਇਹਦਾ ਜਵਾਬ ਦੇਣਾ ਔਖਾ ਹੋ ਜਾਂਦਾ ਇਹ ਬਿਜ਼ੀਨਸ ਦਾ ਤਰੀਕਾ ਜੋ ਮਰਜੀ ਆਪਾਂ ਬੰਦਰਾਮ ਕਰੀਏ ਜਿੰਨਾ ਮਰਜੀ ਮਾਨ ਸਾਹਿਬ ਨੂੰ ਕਹੇ ਜੀ ਨਟੰਕੀ ਕਰਦਾ ਜੀ ਇਹਨਾਂ ਮੈਨੂੰ ਪਤਾ ਹੈ ਜਾਂ ਮਾਨ ਸਾਹਿਬ ਦੇ ਕੋਲ ਸ਼ਹਿਰੋ ਸ਼ਰੀ ਹੋ ਜੇ ਕਿ ਤੂੰ ਇਧਰ ਉਧਰ ਕੀ ਬਾਤ ਨਾ ਕਰ ਇਹ ਬਤਾ ਕੇ ਕਾਫਲਾ ਕਿਵੇਂ ਲੁਟਾ ਹਮੇ ਰਹਿਜ ਨੂੰ ਉਸੇ ਗਰਜ ਨਹੀਂ ਤੇਰੀ ਰਹਿਨਮਾਈ ਦਾ ਸਵਾਲ ਹੈ ਸਾਰੀਆਂ ਗੱਲਾਂ ਜਿਹੜੀਆਂ ਚਾਹੇ ਤੁਸੀਂ ਕਰੋ ਮਾਨ ਸਾਹਿਬ ਨੂੰ ਕੱਲੇ ਕੱਲੇ ਕੀਨੂ ਦਾ ਪਤਾ ਹੋਵੇ ਇਹ ਸਾਰੀਆਂ ਗੱਲਾਂ ਤਾਂ ਹੈਗੀਆਂ ਨੇ ਲੋਕਾਂ ਦੀ ਦਿਲਚਸਪੀ ਦੀਆਂ ਹੋਣਗੀਆਂ ਪਰ ਗੱਲ ਕੋਰਟ ਦੀ ਦਿਲਚਸਪੀ ਤਾਂ ਸਬੂਤ ਦੇ ਵਿੱਚ ਹੈ ਤੇ ਸਬੂਤਾਂ ਦੇ ਜਵਾਬ ਜਿਹੜੇ ਉਹ ਦੇਨੇ ਔਖੇ ਹੋ ਜਾਣੇ ਨੇ ਹਾਲਾਂਕਿ ਇਹਦੇ ਵਿੱਚ ਬੀੜੀਏ ਦੇ ਅਥਾਰਟੀ ਫਸਣੀ ਹੈ ਜ਼ਿਆਦਾ ਉਹ ਵੀ ਫਸਣਗੇ ਉਹਨਾਂ ਦਾ ਇਨਕ ਤਾਂ ਹੋ ਗਿਆ ਤੇ ਬਾਕੀ ਜਿਹੜੀ ਗੱਲ ਜੋ ਭਗਵੰਤ ਮਾਨ ਚਾਹੁੰਦਾ ਉਹ ਤਾਂ ਹੋ ਹੀ ਰਹੀ ਹੈ ਭਗਵੰਤ ਮਾਨ ਜਾਂ ਕੇਜਰੀਵਾਲ ਸਰਕਾਰ ਤਾਂ ਇਹੀ ਚਾਹੁੰਦੀ ਹੈ ਨਾ ਕਿ ਉਹ ਬੰਦੇ ਜਿਹੜੇ ਵੀ ਇਲੈਕਸ਼ਨ ਲੜ ਸਕਦੇ ਨੇ ਉਹਨਾਂ ਦੇ ਟਾਈਮ ਦੇ ਵਿੱਚ ਲਾ ਦੋ ਜੇ ਥੋੜੀ ਜਿਹੀ ਵੀ ਗਲਤੀ ਕੀਤੀ ਹੈ ਕਰ ਦੋ ਦਾਗੀ ਲਾ ਦੋ ਮਗਰ ਉਹਨਾਂ ਦੇ ਜਿਹੜਾ ਹੈ ਬਿਜ਼ਨਸ ਬਾਕੀ ਦੇਖੀ ਜਾਊ ਕਿ ਉਹ ਇਲੈਕਸ਼ਨ ਚ ਤਰਲਾ ਪਾਉਣ ਜੋਗੇ ਹੋਵਾਂਗੇ ਕਿ ਆ ਦੇਖ ਲੋ ਤਾਂ ਇਸ ਤਰ੍ਹਾਂ ਹੀਰਾ ਫੇਰੀ ਨਰ ਵੱਡਾ ਇਮਾਨਦਾਰ ਕਹਾਉਂਦਾ ਸੀ ਵੱਡਾ ਅਧਿਕਾਰ ਚਲਾਉਂਦਾ ਸੀ ਵੱਡਾ ਕਹਿੰਦਾ ਸੀ ਆ ਮੈਂ ਟੋਲ ਪਲਾਜ਼ਾ ਦਿੰਦਾ ਮੈਂ ਤਾਂ ਚਾਹਦਾ ਕਾਪੜੀ ਪੀਂਦਾ ਆ ਦੇਖ ਲੋ ਕੀ ਕਰ ਰਿਹਾ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਤੇ ਲੋੜ ਨਹੀਂ ਸੀ ਪੰਗਾ ਲੈਣ ਦੀ ਰਾਜਾ ਬੜਿੰਗ ਨੇ ਵੀ ਇਹੀ ਜੀਆਂ ਗੱਲਾਂ ਕਰਤੀਆਂ ਵਿਜਲੇਸ ਤਾਂ ਕਰ ਹੀ ਰਹੀ ਸੀ ਵਿਰੋਧੀ ਵੀ ਮਾਨ ਸਾਹਿਬ ਵੀ ਤੋਂ ਮਨਪ੍ਰੀਤ ਬਾਦਲ ਫਸਦਾ ਜਾ ਰਿਹਾ ਹੈ ਵੈਸੇ ਵੀ ਜਿਸ ਤਰੀਕੇ ਨਾਲ ਬਠਿੰਡੇ ਦਾ ਥਰਮਲ ਬੰਦ ਹੋਇਆ ਜੋ ਪਹਿਲਾਂ ਵਾਦਾ ਕੀਤਾ ਸੀ ਨਾ ਇਹਦਾ ਧੂਆਂ ਜਿਹੜਾ ਹੈ ਉਹ ਨਹੀਂ ਬੰਦ ਕਰਨ ਦੇਵਾਂਗੇ ਉਹ ਸਾਰੀ ਕਹਾਣੀ ਕਿਤੇ ਨਾ ਕਿਤੇ ਲੋਕਾਂ ਦੀ ਹਾਤ ਤਰ ਲੱਗਦੀ ਹੈ ਖੈਰ ਆਪਾਂ ਅੱਗੇ ਵਧੀਏ ਅਗਲੀ ਗੱਲ ਜਿਹੜੀ ਸਰਕਾਰ ਨੇ ਪੰਜਾਬ ਸਰਕਾਰ ਨੇ ਕੇਂਦਰ ਨੂੰ ਕਿਹਾ ਕਿ ਸਾਨੂੰ 1500 ਕਰੋੜ ਰੁਪਏ ਦਿਓ ਜੀ ਵਿੱਤੀ ਸਹਿਤਾ ਸਾਨੂੰ ਹੜ੍ਹਾਂ ਦੀ ਇਹ ਉਹਨਾਂ ਨੇ ਮੰਗਿਆ ਹੜ੍ਹਾਂ ਲਈ 1500 ਕਰੋੜ ਕਿਉਂਕਿ 19 ਜ਼ਿਲ੍ਹਿਆਂ ਦੇ 1475 ਪਿੰਡ ਪ੍ਰਭਾਵਿਤ ਹੋਏ ਨੇ ਦੇਖੋ ਗੱਲ ਇਹ ਹੈ ਕਿਸਾਨਾਂ ਨੂੰ ਮੁਆਵਜ਼ਾ ਦੇਣਾ ਤਾਂ ਚਲੋ ਉਹਨਾਂ ਦੇ ਆਪ ਦੇ ਕੋਲ ਉਹ ਤਾਂ ਆਪ ਹੀ ਕਹਿੰਦੇ ਨੇ ਕਿ ਦੇਣਾ ਤਾਂ ਹੈ ਹੀ ਹੈ ਪਰ ਸਾਨੂੰ ਵੀ ਪਤਾ ਹੈ ਪੈਸਾ ਆਉ ਕਿੱਥੋਂ ਕਿਤੋਂ ਤਾਂ ਆਉਣਾ ਹੀ ਐ ਜੇ ਕਰਜ਼ਾ ਲੈ ਕੇ ਦੇਣਾ ਤਾਂ ਕਰਜ਼ਾ ਪਹਿਲੇ ਹੀ ਬਹੁਤ ਚੜਿਆ ਹੋਇਆ ਤੇ ਖੈਰ 1500 ਕਰੋੜ ਦੇ ਦੀ ਮੰਗਣ ਦੀ ਗੱਲ ਕੀਤੀ ਹੈ ਕੋਈ ਸੋਚ ਕੇ ਹੋ ਬਨਵਾਰੀ لال ਪ੍ਰੋਫੈਟਾ ਇਹ ਕਹਿੰਦੇ ਨੇ ਕਿ ਕੇਂਦਰ ਦੀ ਟੀਮ ਆਪ ਅੰਦਾਜ਼ਾ ਲਾਵਾ ਕੇ ਤੇ ਫਿਰ ਉਹ ਫੰਡ ਜਾਰੀ ਕਰਨਗੇ ਹੁਣ ਕੀ ਹੁੰਦਾ ਕੌਣ ਕਿੰਨਾ ਕਰਦਾ ਪਰ ਇੱਕ ਨੁਕਤਾ ਇੱਥੇ ਮੈਨੂੰ ਜਿਹੜਾ ਹੈ ਕਿਹਾ ਗਿਆ ਕਿ ਸਾਡੀ ਆਵਾਜ਼ ਤੁਸੀਂ ਪਹੁੰਚਾਓ ਮਾਨ ਸਾਹਿਬ ਕੋਲ ਇਹ ਹਮੇਸ਼ਾ ਪਿੰਡਾਂ ਦੀ ਗੱਲ ਕਰਦੇ ਨੇ ਸ਼ਹਿਰਾਂ ਵਾਲੇ ਦਾ ਵੀ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਬਾਰੇ ਵੀ ਕੋਈ ਸੋਚ ਲੋ ਬਿਲਕੁਲ ਸੋਚਣਾ ਚਾਹੀਦਾ ਡਾਕਟਰ ਬਲਬੀਰ ਸਿੰਘ ਦਾ ਇਲਾਕਾ ਜਿੱਥੇ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਹੈ ਜੇ ਹਲਕੇ ਦੀ ਗੱਲ ਕਰੀਏ ਪਟਿਆਲੇ ਦੇ ਵਿੱਚ ਜਿੱਥੇ ਫਰਡ ਫਰਡ ਆਇਆ ਸੀ ਹੜ ਆਇ ਸੀ ਉਹ ਡਾਕਟਰ ਬਲਬੀਰ ਸਿੰਘ ਦੇ ਹਲਕੇ ਚ ਆਏ ਨੇ ਉਹਨਾਂ ਨੂੰ ਸੋਚਣਾ ਚਾਹੀਦਾ ਉਹ ਨੁਕਸਾਨ ਦੀ ਪੂਰਤੀ ਜੇ ਸਾਦੀ ਹੋਣੀ ਹੈ ਤਾਂ ਉਹਦੀ ਵੀ ਹੋਣੀ ਚਾਹੀਦੀ ਹੈ ਕਹਰਾ ਆਪਾਂ ਅਗਲੀ ਖਬਰ ਦੀ ਗੱਲ ਕਰੀਏ ਧਿਆਨ ਸਿੰਘ ਮੰਡ ਸਾਹਿਬ ਮਤਵਾਜੀ ਜਥੇਦਾਰ ਉਹ ਅੱਜਕੱਲ ਜਿਹੜਾ ਹੈ ਉਹ ਖਬਰਾਂ 'ਚ ਉਹ ਵੀ ਰਹਿਣ ਲੱਗੇ ਤੇ ਉਹ ਉਹਨਾਂ ਨੇ ਕਿਹਾ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਕਿਹਾ ਸੀ ਕਿ ਆਪਾਂ ਦੋਨੇ ਜਥੇਦਾਰ ਹੁਣ ਮੈਂ ਤਾਂ ਕਹਿੰਦੇ ਜੀ ਮੈਂ ਮਤਵਾਜੀ ਮੈਨੂੰ ਲੋਕਾਂ ਨੇ ਬਣਾਇਆ ਤੁਹਾਨੂੰ ਐਸਜੀਪੀਸੀ ਨੇ ਬਣਾਇਆ ਜਿੰਨੀ ਕਿਸਮ ਦੀ ਰੈਕੋਗਨੀਸ਼ਨ ਤਾਂ ਕਰਤੀ ਨਾ ਭਈ ਅਸੀਂ ਜਥੇਦਾਰ ਵੀ ਦੋ ਜੇ ਦੋ ਅਕਾਲੀ ਦਲ ਹੋ ਸਕਦੇ ਨੇ ਜਥੇਦਾਰ ਵੀ ਦੋ ਵਸ ਸਕਦੇ ਨੇ ਕਹਿੰਦੇ ਸਿੱਖਾਂ ਦੀਆਂ ਪ੍ਰੋਬਲਮ ਬਹੁਤ ਜ਼ਿਆਦਾ ਨੇ ਆਪਾਂ ਨੂੰ ਇਕੱਠੇ ਹੋ ਕੇ ਗੱਲ ਕਰਨੀ ਚਾਹੀਦੀ ਇਹਦਾ ਸਮਾਧਾਨ ਲੱਭਣਾ ਚਾਹੀਦਾ ਗੱਲ ਠੀਕ ਕਰ ਰਹੇ ਨੇ ਮਾਨ ਸਾਹਿਬ ਤੇ ਉਹਨਾਂ ਨੇ ਫਿਰ ਟਾਈਮ ਦਿੱਤਾ ਜਿਹੜਾ ਹੈ ਗਿਆਨੀ ਰਗਵੀਰ ਸਿੰਘ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਕਿ 29 ਤਰੀਕ ਨੂੰ ਮੈਂ ਆਉਂਗਾ 3 ਘੰਟਾ ਕੱਟਾ ਕਹਿੰਦੇ ਮੈਂ ਬਿਠਾ ਰਿਹਾ ਉਹ ਨਹੀਂ ਆਏ ਮੈਂ ਫਿਰ ਬੇਨਤੀ ਕਰਦਾ ਉਹਨਾਂ ਨੂੰ ਕਿ ਆਪਾਂ ਇਕੱਠੇ ਹੋਈਏ 9 ਅਗਸਤ ਨੂੰ ਦੁਆਰਾ ਤੇ ਆਪਾਂ ਸਿੱਖ ਪੰਥ ਦੇ ਮਸਲਿਆਂ ਨੂੰ ਜਿਹੜਾ ਹੈ ਵਿਚਾਰੀਏ ਦੇਖੋ ਮੈਂ ਸੋਚਦਾ ਕਿ ਜੇ ਸਿੱਖਾਂ ਦੀ ਰਵਾਇਤ ਹੈ ਨਾ ਆਪਸ ਚ ਜਿੰਨਾ ਮਰਜ਼ੀ ਲੜਦੇ ਰਹੇ ਚਾਹੇ ਮਸਲਾਂ ਤੋਂ ਪਹਿਲਾਂ ਜਾਂ ਮਸਲਾਂ ਤੋਂ ਬਾਅਦ ਵੀ ਲੇਕਿਨ ਕਾਮਨ ਕਾਸਟ ਤੇ ਉਹ ਸਾਰੇ ਸਰਬਤ ਖਾਲਸਾ ਚ ਗੁਰਮਤਾ ਉਦਈ ਉਥੇ ਸਾਰੇ ਫੈਸਲੇ ਕਰ ਲੈਂਦੇ ਸੀ ਤੇ ਉਹਦੇ ਮੁਤਾਬਕ ਚੱਲਦੇ ਸੀ ਖੈਰ ਹੁਣ ਗੱਲ ਕਰੀਏ ਸਿਮਰਜੀਤ ਸਿੰਘ ਮਾਨ ਸਾਹਿਬ ਕੁਛ ਨਾ ਕੋਸ਼ਿਸ਼ ਐਕਟੀਵਿਟੀ ਉਹਨਾਂ ਦੀ ਹੈ ਉਹ ਕਹਿੰਦੇ ਦੇਖੋ ਅਸੀਂ ਹੈਗੇ ਲੋਕ ਸਭਾ ਦੇ ਮੈਂਬਰ ਸਾਡੀ ਜ਼ਿੰਮੇਵਾਰੀ ਬਹੁਤ ਵੱਧ ਜਾਂਦੀ ਹੈ ਸਾਡਾ ਹਲਕਾ ਦਾ ਵੱਡਾ ਤੇ ਸਾਡੀ ਜਿਹੜੀ ਪੈਨਸ਼ਨ ਹੈ ਇਹ ਸਖਤਰ ਸੈਕਟਰੀ ਲੈਵਲ ਤੋਂ ਉੱਤੇ ਹੋਣੀ ਚਾਹੀਦੀ ਹੈ ਤਾਂ ਸਾਡਾ ਸਤਿਕਾਰ ਬਣਦਾ ਤੇ ਇਹ ਉਹਨਾਂ ਨੇ ਚਿੱਠੀ ਲਿਖੀ ਹੈ ਲੋਕ ਸਭਾ ਦੇ ਸਪੀਕਰ ਨੂੰ ਲੌਜੀਕ ਬਿਲਡ ਕਰਕੇ ਚਿੱਠੀ ਲਿਖੀ ਹੈ ਦੇਖਦੇ ਹਾਂ ਕਿ ਕਿੰਨਾ ਕੁ ਉਹਨਾਂ ਦੀ ਗੱਲ ਸੁਣੀ ਜਾਂਦੀ ਹੈ ਜਾਂ ਕਿੰਨਾ ਕੁ ਉਹਨਾਂ ਤੇ ਲੋਕ ਸਾਥ ਦਿੰਦੇ ਨੇ ਦੇਖੋ ਜ਼ਿਕਰ ਕੀਤਾ ਸੀ ਸੁਵਿੰਦਰ ਸਿੰਦਾ 70 ਸਾਲ ਦੀ ਉਮਰ ਦੇ ਵਿੱਚ ਪੰਜਾਬੀ ਗਾਇਕ ਚਲੇ ਗਏ ਜਿਆਦਾ ਮਸ਼ਹੂਰੀ ਜੌਣਾ ਮੋਰ ਜਗਾ ਡਾਕੂ ਕਿਸਿਆਂ ਦੀ ਫਿਰ ਫਿਲਮਾਂ ਵੀ ਕੀਤੀਆਂ ਉਹਨਾਂ ਬਾਰੇ ਆਪਾਂ ਸਾਰੀ ਗੱਲ ਕਰ ਚੁੱਕੇ ਆ ਠੀਕ ਹੈ ਹਲੇ ਉਮਰ ਨਹੀਂ ਸੀ ਪਰ ਅੰਤੜੀਆਂ ਦੀ ਬਿਮਾਰੀ ਕਰਨ ਆਪਰੇਸ਼ਨ ਹੋਇਆ ਉਸ ਤੋਂ ਬਾਅਦ ਫੇਫੜਿਆਂ ਚ ਪਾਣੀ ਪੈ ਗਿਆ ਤੇ ਨਹੀਂ ਠੀਕ ਹੋ ਸਕੇ ਚੱਲ ਬਸੇ ਕੱਲ ਉਹਨਾਂ ਦਾ ਸੰਸਕਾਰ ਹੋਇਆ ਇੱਕ ਬੇਟਾ ਉਹਨਾਂ ਦਾ ਗਲੈਡ ਸੀ ਸ਼ਾਇਦ ਉਹਨੇ ਉਹਨਾਂ ਸੀ ਇਸ ਕਰਕੇ ਥੋੜਾ ਲੇਟ ਹੋਇਆ ਦੋਨੇ ਪੁੱਤਰ ਮਨਿੰਦਰ ਸਿੰਘ ਤੇ ਸਿਮਰਨ ਸਿੰਘ ਉਹਨਾਂ ਨੇ ਚੇਤਾ ਨੂੰ ਅਗਨ ਦਿਖਾਈ ਮਾਡਰਨ ਟਾਊਨ ਐਕਸਟੈਂਸ਼ਨ ਚ ਹੋਇਆ ਸੰਸਕਾਰ ਮੈਂ ਲਿਸਟ ਦੇਖ ਰਿਹਾ ਸੀ ਬਹੁਤ ਘੱਟ ਸੀ ਜਿਹਦੇ ਚ ਮੁਹੰਮਦ ਸਦੀਕ ਸਿੰਗਰ ਦੇ ਨਾਲ ਨਾਲ ਹੁਣ ਉਹ ਲੋਕ ਸਭਾ ਦੇ ਮੈਂਬਰ ਵੀ ਨੇ ਗੁਰਪਜਨ ਗਿੱਲ ਫਰੋਜ਼ ਖਾਂ ਹੌਬੀ ਤਾਲੀਵਾਲ ਸਤਿੰਦਰ ਬੁੱਗਾ ਹਰਜੀਤ ਹਰਮਨ ਗੱਗੂ ਗਿੱਲ ਤੇ ਫਿਰ ਪੋਲੀਟਿਕਲ ਬੰਦੇ ਚ ਗੁਰਪ੍ਰੀਤ ਕੋਗੀ ਜਿਹੜਾ ਐਮਐਲਏ ਆ ਮਨਪ੍ਰੀਤ ਵਾਲੀ ਐਮਐਲਏ ਵੈਸੇ ਵੀ ਉਹ ਛੋਟੀ ਯਾਲੀ ਦੇ ਸੀ ਸੋ ਇਹ ਕਾਫੀ ਲੰਬੀ ਲਿਸਟ ਆ ਸਰ ਲੇਕਿਨ ਇੱਕ ਵੱਡਾ ਨਾਮ ਇੱਕ بلند ਆਵਾਜ਼ ਪੰਜਾਬ ਦੀ ਜਿਹੜੀ ਪਿਛਲੇ ਦਿਨੀ ਇਸ ਦੁਨੀਆ ਤੋਂ ਮਨਫੀ ਹੋ ਗਈ ਗਾਇਬ ਹੋ ਗਈ ਆਵਾਜ਼ ਭਾਵੇਂ ਗੀਤਾਂ ਰਾਹੀਂ ਗੂੰਜਦੀ ਰਹੂਗੀ ਲੇਕਿਨ ਉਹ ਸਰੀਰਕ ਤੌਰ ਤੇ ਇਥੋਂ ਚਲੇ ਗਏ ਔਰ ਸਰੀਰ ਵੀ ਚਲਾ ਗਿਆ ਹੁਣ ਤੇ ਅਸੀਂ ਇੱਕ ਵਾਰ ਫੇਰ ਉਹਨਾਂ ਨੂੰ ਸਤਿਕਾਰ ਕਰਦੇ ਆ ਉਹਨਾਂ ਦਾ ਸ਼ਰਧਾਂਜਲੀ ਪੇਟ ਕਰਦੇ ਆ ਇਸ ਦੇ ਨਾਲ ਹੀ ਅੱਜ ਦੀਆਂ ਖਬਰਾਂ ਸਵਾਪਤ ਕੱਲ ਫੇਰ ਮਿਲਦੇ ਆ ਸਵੇਰੇ 8:40 ਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਖਬਰیں ਦੀ ਨਜ਼ਰ ਹਾ